ਗੱਲ ਪੱਕੀ ਆ। ਆ ਗਿਆ ਵੀਰੇ, ਆ ਗਿਆ ਆ ਗਿਆ। ਲੈ ਵੀ ਮਿੱਤਰੋ ਪਹੁੰਚ ਚੁੱਕਿਆ ਲਾਈਵ ਸਟ੍ਰੀਮ ਲੈ ਕੇ। ਆ ਗਿਆ ਵੀਰੇ, ਆ ਗਿਆ ਮੈਂ, ਆ ਗਿਆ ਆ ਗਿਆ ਆ ਗਿਆ ਆ ਗਿਆ। ਹੜਕੋ ਹੜਕੀ, ਹੜਕੋ ਹੜਕੀ ਆ ਗਿਆ। ਮੇਰਾ ਤਾਂ ਪਹਿਲਾਂ ਹੀ ਪਿਆ ਹੋਇਆ ਹੈ। ਡਿਫਾਲਟਰ ਸਾਹਿਲ ਬਾਈ, ਹੈਲੋ ਵੈਲਕਮ। ਇੱਕ ਮਿੰਟ ਆਉਣ ਚੱਲ ਯਾਰ, ਦੇ। ਬਰਾਉਨ ਕਿਹੜਾ ਮਹੀਨਾ, ਬਰਾਉਨ ਚੱਲ ਚੱਲੀਏ। ਅਸੀਂ ਵੇਟ ਕਰੀ ਜਾਂਦੇ ਹਾਂ ਸਾਰੀ ਜਨਤਾ ਭੈਣ ਚੋ, ਅਸੀਂ ਤਾਂ ਟਰੱਕ ਉੱਥੇ ਡੈਮੇਜ ਕਰ ਲਿਆ ਆਪਦਾ, ਬੈਕ ਲਾ ਲਾ ਕੇ। ਉੱਥੇ ਤਾਂ ਬੈਕ ਸਿਮਰ, ਤੂੰ ਸਾਰੀ ਜ਼ਿੰਦਗੀ ਨਹੀਂ ਲਾਇਆ ਜਿੱਥੇ ਅਸੀਂ ਲਾਈ। ਗਣਸ਼ਾਨ ਟੱਕਰ ਗਿਆ, ਗਣਸ਼ਾਨ ਟੱਕਰ ਗਿਆ ਬਾਈ। ਯਾਰ ਚੈਟ ਤਾਂ ਹੁੰਦੀ ਨਹੀਂ ਯਾਰ। ਮਾਰ ਦੇਣਾ ਇਹ ਬਸ। ਹੈ ਓਏ ਸਿਮਰ, ਓਏ ਯਾਰ ਮਦੀ ਤੇ ਰੋਕਣਾ ਚੰਗਾ ਹਰੇਕ ਨੇ। ਸਿਮਰ ਇਹ ਜੇ ਚੈਟ ਤਾਂ ਆਉਂਦੀ ਨਹੀਂ, ਤੂੰ ਕਹਿੰਦਾ ਚੈਟ ਆਊਗੀ ਓਏ। ਚੱਲ ਨਹੀਂ ਆਉਂਦੀ ਫਿਰ। ਓਏ ਓਏ ਆ ਕਿਹੜਾ ਸੀ, ਓਏ ਕਿਹੜਾ ਕਿਹੜਾ, ਉਹ ਕਿਹੜਾ ਕੀ ਲਾ ਗਿਆ ਕੀਲ, ਡੈਵਲ ਧਾਲੀ ਵਾਲਾ ਤਾਂ। ਉਧਰ ਕੀ ਅੰਡੇ ਲੈਣ ਨੂੰ ਮੁੜਿਆ, ਪਿੱਛੇ ਆਉਣਾ ਜਾਣਾ ਤੂੰ। ਹੈ ਇਹਦਾ ਦੀ ਰਾਹ ਹੈਗਾ। ਜਿਹੜਾ ਖੰਬੇ ਚ ਟ੍ਰੇਲਰ ਮਾਰਦਾ ਫਿਰ ਇੱਧਰ ਕਿੱਧਰ ਮੁੜ ਕੇ ਤੁਸੀਂ ਹੋਏ। ਕੋਈ ਨਾ, ਉਹ ਤਾਂ ਸਾਥੋਂ ਗਲਤੀ ਸੀ, ਹੋ ਗਈ ਥੋੜੀ ਜਿਹੀ ਸਿਮਰ, ਤੂੰ ਹੀ ਹਵਾ ਕਰੀ ਜਾਂਦਾ ਭੈਣ। ਯੂਰੋ ਟਰਕ ਸਿਮੂਲੇਟਰ ਅੱਗੇ ਜਾਂ ਕੋਈ ਹੋਰ ਬਾਈ, ਇਹ ਉਹ ਦੂਜੀ ਹੈਗੀ ਆਪਣੀ ਅਮਰੀਕਨ ਟਰਕ ਸਿਮੂਲੇਟਰ। 370 ਹੀ ਸਾਨੂੰ ਸ਼ੋ ਕਰਨ ਡਿਆ। ਅਮਰੀਕਨ ਟਰੱਕ ਸਿਮੂਲੇਟਰ ਆ ਬਈ ਇਹ, ਅਮਰੀਕਨ ਸਾਨੂੰ 370 ਸ਼ੋ ਕਰਦਾ ਇੱਧਰ ਸਿਮੂਲੇਟਰ, ਨਾਲੇ ਰੋਡ ਸੋਹਣਾ ਆ। ਇੱਕ ਮਿੰਟ ਇੱਕ ਮਿੰਟ, ਸਿੱਧੇ ਚੱਲਾ ਜਾਂ ਫਿਰ ਇੱਕ ਮੋੜਾ ਇੱਧਰ ਨੂੰ ਹੀ? ਚੱਲ ਚੱਲ ਸਿੱਧੇ ਚੱਲ, ਜਿੱਦਾਂ ਜੀਗਾ ਤਾਂ ਲਈ ਚੱਲ, ਬਸ ਹੁਣ ਟੈਨਸ਼ਨ ਨਾ ਲੈ। ਗਿੱਲ ਤੇ ਨਾ ਲੈ ਕੇ ਆ ਗਿਆ, ਲੇ ਤਾਂ ਰਹਿਣਾ ਪਿੱਛੇ ਹੀ ਆ। ਗਿੱਲ ਆ ਗਿਆ ਪਿੱਛੇ ਕਰਨ, ਕਰ ਲੋ ਉਹਦੀ ਵੇਟ, ਇਕੱਲੇ ਇਕੱਲੇ ਨੇ ਥੋੜੀ ਜਾਣਾ ਹੁਣ ਉਹ ਕੋ, ਕਰ ਲੋ ਵੇਟ ਚੱਲ ਕੇ ਅੱਧੇ, ਕਰ ਲੋ ਵੇਟ ਉਹਦੀ ਫਿਰ। ਸੰਨੀ ਰੋਕ ਨਹੀਂ, ਉਹਨਾਂ ਨੇ ਤੋੜ ਲਿਆ ਠੋਕਤਾ ਅੱਛਾ ਤੋੜਦਾ।
ਯਾਰ ਮੈਨੂੰ ਤੁਹਾਡੀ ਸਮਝ ਨਹੀਂ ਆ, ਜਾਣਾ ਕਿੱਧਰ ਨੂੰ ਫਿਰਦੇ ਹੋ ਤੁਸੀਂ, ਕਿੱਧਰ ਜਾਣਾ ਕਰ ਕੀ ਰਹੇ ਹੋ ਯਾਰ? ਰਸਤਾ ਇੱਧਰ ਸੀਗਾ, ਇਹ ਸਿੱਧੇ ਤੁਰ ਪਏ, ਇਹਨਾਂ ਨੂੰ ਮਾੜਾ ਜਿਹਾ ਵਾਪਸ ਯਾਰ ਸਿੱਧਾ ਆ ਰਹਾ। ਲਾਵਿਸ਼ ਬਾਈ ਹੈਲੋ ਵੈਲਕਮ, ਉਧਰ ਨੂੰ ਦਿਖਾਉਣ ਲੱਗ ਗਿਆ, ਤੇਰੀ ਗੱਲ ਸਹੀ ਹੈ, ਸਿੱਧਾ ਦਿਖਾ। ਉਹੀ ਕਹਿੰਦਾ ਨਾ ਤੁਸੀਂ ਇੱਧਰ ਨੂੰ ਚੱਲ ਗਏ ਤਾਂ ਇੱਧਰ ਨੂੰ ਦਿਖਾਉਣ ਲੱਗ ਗਿਆ। ਆਹੀ ਸਾਨੂੰ ਪਹਿਲਾਂ ਹੀ ਸਿੱਧਾ ਦਿਖਾਉਂਦਾ ਸੀ, ਸਾਨੂੰ ਸਿੱਧਾ ਹੀ ਦਿਖਾਉਂਦਾ ਸੀ ਬਾਈ। ਤੁਸੀਂ ਗਲਤ ਮੁੜੇ ਹੋ ਇੱਧਰ, ਸਿਮਰ ਸੈਣੀ ਤੇ ਹਜ਼ੂਰ ਮਾਨ ਸਿੱਧਾ ਮਰੋ। ਸਿੱਧਾ ਮਰੋ ਕਿੰਨਾ ਦਿਖਾਉਂਦਾ ਤੁਹਾਨੂੰ? ਮੈਨੂੰ 600 ਕਿਲੋਮੀਟਰ ਰਹਿ ਗਿਆ ਇੱਥੇ। ਲੈ ਬਾਈ ਪਹੁੰਚ ਗਏ, ਸਾਨੂੰ 370 ਸ਼ੋ ਕਰਦਾ ਕਿਲੋਮੀਟਰ ਆ ਵੀਰੇ ਸਾਡਾ 586। ਲਾਈਕ ਮਾਰ ਦੋ ਮਿੱਤਰੋ ਲਾਈਕ, ਅੱਗੇ ਲੈ ਆ ਅੱਗੇ ਲੈ ਆ। ਚਲੋ ਚਲੋ ਆ ਗਿਆ ਪਿੱਛੇ, ਮੈਂ ਹੌਲੀ ਹੌਲੀ ਚੱਲੋ ਪਰ, ਚਲੋ ਫਿਰ ਹੌਲੀ ਹੌਲੀ ਚੱਲੋ। ਚੱਲ ਤੋਰੀ ਚੱਲ ਗੁਨਸ਼ਾਨ, ਛੋਟਾ ਆਪਣਾ ਟ੍ਰੇਲਰ ਰੱਖ, ਸੌਰੀ ਆ ਚੱਲ ਤੋਰ ਲੈ। ਮੈਂ ਉਹ ਭੈਣ ਚੋ ਖੱਲੇ ਲੈਟਾਂ ਕਿਉਂ ਨਹੀਂ ਚੱਲਦੀਆਂ ਪਈਆਂ ਅੱਜ ਟਰੱਕ ਦੀਆਂ? ਐਲ ਤੋਂ ਚੱਲਣਗੀਆਂ, ਐਲ ਤੇ ਚਲਾ ਜਾਏ। ਓ ਬਾਈ ਐਂਬੂਲੈਂਸ ਜੀ ਨੂੰ ਕਿਹੜਾ ਤਾਂ ਜਿਹੜਾ ਗਿਆ ਓਏ ਓ ਮਾਈ ਗੁੱਡਨੈਸ, 7 ਨਹੀਂ ਵੱਜੇ। ਚੱਲ ਹਜ਼ੂਰ ਹਜ਼ੂਰ ਖੜਾ ਕਰ ਤਾਂ ਚੱਲ, 3 ਵੱਜੇ ਐ ਉਹ ਤਾਂ ਦੂਜਾ ਟਾਈਮ ਐ ਉਹਦਾ, ਉਹ ਦੱਸਿਆ ਵੀ ਕਿੰਨੇ ਵਜੇ ਤੁਰੇ ਸੀ ਆਪਾਂ? ਇੱਥੇ 11 ਵਜੇ ਮੇਰੇ ਕੋਲ, ਕਿੰਨੇ ਵਜੇ ਲਾਉਣਾ ਆਪਾਂ ਸੜੇ ਹਾਣ? ਇਹ ਦੋ ਦੋ ਟਾਈਮ ਜ਼ੋਨ ਆ ਨਾ ਫਿਰ। ਓਏ ਜਾ ਯਾਰ ਸਮਰ, ਤੇਰਾ ਕੋਈ ਕਸੂਰ ਨਹੀਂ। ਹਜ਼ੂਰ ਨਹੀਂ ਬੋਲਦਾ, ਡਿਸਕਾਊਂਟ ਨਹੀਂ ਆਇਆ। ਹਜ਼ੂਰ ਗਲਤ ਜਗ੍ਹਾ ਤੇ ਚਲ ਗਿਆ, ਹਜ਼ੂਰ ਬੋਲਦਾ ਨਹੀਂ ਹੋਏ ਹੈ। ਓਏ ਉਹ ਲਿਆਉਣਾ ਪੈਣਾ ਮਾਈਕ ਜੈਕਟ ਕੇ, ਐਂ ਜੇ ਮੂੰਹ ਜਾਂ ਨਹੀਂ ਕਰਕੇ ਹੈਲੋ ਹੈਲੋ ਉਹ ਇਹ ਜਹਾਜ਼ ਵਾਂਗੂ ਬੋਲ ਜਿਹੜਾ ਜਹਾਜ਼ ਜਿਹੜਾ ਨਹੀਂ ਬੋਲਦੇ ਹੁੰਦੇ ਰਿਪੋਰਟਰ ਉਹ। ਕਿਦਾਂ ਬਾਈ ਬਾਈ? ਵਧੀਆ ਵਧੀਆ, ਤੂੰ ਸੁਣਾ ਕੀ ਹਾਲ ਚਾਲ ਆ? ਬਸ ਠੀਕ ਆ। ਓ ਯਾਰ ਤੇਲ ਪਵਾਉਣਾ ਸੀ ਉਹ ਭੈ ਭੁੱਲ ਗਏ। ਚੱਲ ਅੱਗੇ ਪੰਪ ਆਇਆ ਤਾਂ ਦੱਸ ਦਿਓ ਬਾਈ ਬਣੇ ਆਂਗਾ। ਅੱਗੇ ਮੋੜ ਆ ਤਾਂ ਲਿਆ ਬਾਈ, ਮੈਂ ਸਲੋ ਕਰੀ ਜਾਂਦਾ। ਟੈਂਕੀ ਫੁੱਲ ਕਰਾ ਕੇ ਨਾ ਲੈ, ਟੈਨਸ਼ਨ ਨਾ ਲੈ, ਟੈਂਕੀ ਥੋੜੀ ਘਟ ਰਹੀ, ਪਾਵਰ ਬ੍ਰੇਕ ਹੈ, ਤੇਲ ਚ ਬ੍ਰੇਕ ਹੈ। ਮਗਰ ਸਿਮਰ ਸੈਣੀ ਆਉਂਦਾ ਨਾ, ਉੜਦਾ ਹੀ ਆ ਰਿਹਾ, ਉੜਦਾ ਸਿਮਰ ਸੈਣੀ। ਯਾਰ ਹੌਲੀ ਕਰੋ, ਫੇਰ ਤੁਸੀਂ ਤਾਂ ਬਾਲੀ ਗਾਂ ਟੱਪ ਗਏ ਯਾਰ। ਮੰਦਾ ਤੇਲ ਚ ਬ੍ਰੇਕ ਹੈ, ਆਇਲ ਐਂਬਸਟ ਸਮਝਦਾ ਨਾ ਤੇਰੇ ਸਾਹਮਣੇ ਦੇਖ। ਕਿਵੇਂ ਬਾਈ? ਬਾਈ ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਹਜ਼ੂਰ ਚੱਲ ਓਏ, ਚੱਲ ਹਜ਼ੂਰ, ਆਪਾਂ ਘੈਂਟ ਆਈ ਯਾਰ, ਹੱਥ ਦੇ ਖੇਡ ਰਿਹਾ ਕਰੋ। ਸਵੇਰ ਦੇ 4 ਵੱਜ ਗਏ ਮੇਰੇ ਵੀਰੋ, ਲੈ ਕੇ ਰੱਬ ਦਾ ਨਾਂ ਕਹਿੰਦੇ ਸਤਨਾਮ ਵਾਹਿਗੁਰੂ। ਯਾਰ ਮੇਰੇ ਕੋਲ 11 ਵਜੇ ਪਏ ਯਾਰ, ਤੁਹਾਡੇ ਕੋਲ 4 ਕਿਵੇਂ ਵਜੇ ਆ ਯਾਰ? ਉਹੀ ਤਾਂ ਕਹਿੰਦਾ ਮੇਰੇ ਕੋਲ ਟਾਈਮ ਅੱਧ ਹੋਇਆ, ਇਹਦੇ ਕੋਲ ਅੱਧ ਟਾਈਮ ਹੋਇਆ। 3:55 ਓਏ, 3:53 ਹੋਏ ਅੰਨੀ ਦਿਓ, ਜਿੱਥੇ ਉਹ ਮੈਸੇਜ ਆਲ ਨਹੀਂ ਬਣਿਆ ਉਹ ਟਾਈਮ ਆ। ਅੱਛਾ ਹਾਂ, ਓਏ ਓਏ ਓ 3:53 ਉਹ ਠੀਕ ਆ ਠੀਕ ਆ, ਭੋਗ ਜੇ ਨਾ ਹੋਣ ਤਾਂ, ਭੋਗ ਜੇ ਨਾ ਹੋਣ ਤਾਂ ਬੰਦਾ ਸਹੀ ਸੀ ਬਾਈ, ਬੰਦਾ ਸਹੀ, ਸੱਚਾ ਬੰਦਾ ਸੀ। ਤੁਹਾਨੂੰ ਪਤਾ ਰੀਅਲ 'ਚ ਟਾਈਮ 3:55 ਇੱਥੇ ਇੰਡੀਆ 'ਚ, ਕਿਹੜੇ ਪਿੰਡ ਚੋ ਬਾਈ? ਨਾਮ ਲੈਦਾ ਤੇਰਾ ਯਾਰ, ਜੱਟ ਬਾਦ
2031 2031 ਇਨਕਲਾਬ ਜਿੰਦਾਬਾਦ ਯਾਰ ਤੁਸੀਂ ਤਾਂ ਬਾਹਲੀ ਤੇਜ਼ ਜਾਂਦੇ ਹੋ ਯਾਰ ਐਂ ਨਾ ਕਰੋ ਮੈਨੂੰ ਇੱਕ ਵਾਰੀ ਤਾਂ ਨਾਰ ਲਾ ਲਓ ਯਾਰ ਵੀਰੇ ਵਾਲ ਜਟਾਣਾ ਮੈਂ ਬਾਈ ਉੱਥੋਂ ਦਲੀਏ ਵਾਲੀ ਤੋਂ ਬਣਾ ਵਾਲੀ ਦੇ ਕੋਲ ਦਲੀਆ ਵਾਲਾ ਪੀਸਦੇ ਹੈ ਬਹੁਤ ਖੇਡੀ ਆ ਗਏ ਬਾਈ ਓਕੇ ਬਾਈ ਵਧੀਆ ਗੱਲ ਆ ਬਹੁਤ ਘੈਂਟ ਗੇਮ ਹੈ ਆਈ ਕੁਮਾਰ ਦੋ ਮਿੱਤਰੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੋ 437 ਕਿਲੋਮੀਟਰ ਢਾਲੀ ਵਾਲਾ ਕੋਈ ਬ੍ਰੇਕ ਬਰੂਕ ਨਾ ਲਾ ਦਿਆ ਤੋ ਜਾਲੇ ਤੈਨੂੰ ਦੱਸਦਾ ਬਾਈ ਮੈਂ ਲਾਉਂਦਾ ਨਹੀਂ ਬ੍ਰੇਕ ਬ੍ਰੇਕ ਚੈੱਕ ਕਰਦਾ ਹੁੰਦਾ ਤੂੰ ਵਿੱਚ ਵਿੱਚ ਦੀ ਓਹ ਮੈਂ ਕਰਦਾ ਹੀ ਨਹੀਂ ਓਕੇ ਬਾਈ ਬਹੁਤ ਬਹੁਤ ਧੰਨਵਾਦ ਵੀਰ ਬਰਾਉਨੀ ਨਾ ਕਰਦੀ ਬਰਾਉਨੀ ਓਕੇ ਬਾਈ ਓਕੇ ਧੰਨਵਾਦ ਵੀਰੇ ਹਾਰ ਨਹੀਂ ਮਾਰ ਲਈ ਸਿੱਕੜ ਹੋਰ ਨਹੀਂ ਤਾਂ ਮੇਰੇ ਨੇੜੇ ਵਾਲੇ ਕੋਈ ਨਹੀਂ ਦੋਨੇ ਦੇਖਣਾ ਪੈਂਦਾ ਓਕੇ ਬਾਈ ਲਾ ਲਓ ਕੋਈ ਚੱਕਰ ਨੀ ਚੱਪਲ ਪਾਈਏ ਪਹਿਲਾਂ ਨੰਗੇ ਬਰੇ ਚਲਾਉਂਦੇ ਓਏ ਤੈਨੂੰ ਕਿਹਨੇ ਤੈਨੂੰ ਲਾਇਸੈਂਸ ਦੇਤਾ ਓਏ ਚੱਪਲਾਂ 'ਚ ਨਹੀਂ ਚਲਾਈਦਾ ਹੁੰਦਾ ਸਰ ਉਹ ਹਾਂ ਸੇਫਟੀ ਸ਼ੂ ਚਾਹੀਦੇ ਹੁੰਦੇ ਨਾਲ ਕੰਸਟਰਕਸ਼ਨ ਕਰਨੀ ਹੈ ਕਿ ਟਰੱਕ ਚਲਾਉਣਾ ਸੇਫਟੀ ਸ਼ੂ ਨੂੰ ਉਹ ਜਾਂਦਾ 156 ਤੇ ਆ ਬਾਈ ਬਹੁਤ ਤੇਜ਼ ਆ ਰਿਹਾ ਟਰੱਕ ਜਾਂ ਜਦੋਂ ਫਟ ਗਿਆ ਨਾ ਸਾਰਾ ਲਾਲ ਹੀ ਹੋਣਾ ਇਹ ਬਾਕੀ ਗੱਡੀ ਆ ਮੈਂ ਛੇਤੀ ਤੁਹਾਡੇ ਕੋਲ ਪਹੁੰਚੂ ਗਾਇਸ ਓਕੇ ਬਾਈ ਮੈਂ ਤਾਂ ਬ੍ਰੇਕ ਲਾ ਲੈਣਾ ਮੈਂ ਤੇਥੋਂ ਲਾ ਲਓ ਬਾਈ ਕੋਈ ਚੱਕਰ ਨਹੀਂ ਓ ਯਾਰ ਪੰਪ ਨਹੀਂ ਆਇਆ ਬਾਈ ਯਾਰ ਮੈਨੂੰ ਤਾਂ ਟੋ ਕਰਨਾ ਪੈਣਾ ਟਰਾਲਾ ਆਪਦੇ ਵਾਲਾ ਮੂਤ ਪਾ ਲਾ ਵਿੱਚ ਆ ਰਿਹਾ ਪੰਪ ਬਾਈ ਹੈਗਾ ਆ ਗਿਆ ਜਿਹੜੀ ਆ ਗੱਡੀ ਦੇ ਨਾਲ ਲੱਗ ਗਿਆ ਨਾ ਧਿਆਨ ਨਾਲ ਠੀਕ ਹੈ ਤਾਂ ਵਾਲੀ ਰੋਡ ਚੜਨਾ ਪੂ ਹਨਾ ਗੱਡੀ ਦੇ ਨਾਲ ਤੇਰਾ ਟਰੱਕ ਲੱਗ ਗਿਆ ਸੀ ਗੱਡੀ ਉੱਤੇ ਖੜੀ ਹੈ ਨਾ ਮੈਂ ਤਾਂ ਚਲੋ ਕੋਈ ਨਹੀਂ ਲੱਗ ਗਿਆ ਆਪੇ ਨਹੀਂ ਪਤਾ ਲੱਗਣਾ ਜਦੋਂ ਨਹੀਂ ਟਰੋ ਨਹੀਂ ਉਹ ਟਰਾਲਾ ਵੱਟਾ ਨਾ ਟਰਾਲਾ ਵੱਟਾ ਨਾਈਸ ਭਰਾਵਾ ਓਕੇ ਬਾਈ ਹੋਣੀ ਚਾਹੀਦੀ ਹੈ ਛੜਾ ਜਿਹੜੀ ਤੇਰੀ ਟੁਨੀ ਰੱਜ ਮੈਂ ਤਾਂ ਚਾਹੀਦੀ ਆ ਇਹਨੇ ਕਹਿਣਾ ਨਾ ਨਾ ਮੈਨੂੰ ਤਾਂ ਮਹਿਸੂਸ ਨਹੀਂ ਹੋਇਆ ਨਾ ਫੋਨ ਕਰੀ ਇਹਨੇ ਫਿਰ ਦੁਆਰੇ ਸਿੱਧੇ ਜਾਣਾ ਸਿੱਧੇ ਹੀ ਇਹ ਮੇਰੇ ਕੋਲ ਰੋਕ ਬਰਾਊਨ ਕਿੱਧਰ ਗਿਆ ਓਏ ਬਰਾਊਨ ਮੈਨੂੰ ਫੋਨ ਆ ਗਿਆ ਓਏ ਆਇਓ ਵਿੱਚ ਓਏ ਗਏ ਸੀ ਓਏ ਹਜ਼ੂਰ ਨਾਲ ਲਾ ਇਧਰ ਆਉਂਦਾ ਰਹੀ ਯਾਰ ਬਾਚ ਹੈ ਕੋਈ ਨਹੀਂ ਬਾ ਠੀਕ ਹੈ ਹਜ਼ੂਰ ਲਾਈਟਾਂ ਮਾਰਦਾ ਲੱਗ ਗਿਆ ਲਾਈਟਾਂ ਤਾਂ ਆ ਫੂਕ ਤੇ ਕਲੇਜੇ ਸ਼ਰੀਕਾਂ ਦੇ ਪਤਾ ਭੱਜਦਾ ਹੀ ਨਹੀਂ ਜਾਂਦਾ ਨਾ ਅੱਗ ਵਾਂ ਕੱਢਦਾ ਚੱਟ ਬੈੜਾ ਹੋਰ ਭਰਾਵਾ ਪੂਰੇ ਹਾਂ ਜੀ ਹਜ਼ੂਰ ਰੱਬ ਦਾ ਬਾਈ ਸ਼ੂ ਕਰਕੇ ਦੇਸੀ ਸਾਲੇ ਆਪਾਂ ਬਰਾਉਨੀ ਆਉਂਦਾ ਬਰਾਉਨੀ
ਇਹ ਬਣਾਉ ਬਰਾਉਨੀ ਨਹੀਂ ਬਣਾਉ ਬਰਾਉਨੀ ਲੈ ਬਈ ਬੜੇ 2 ਮਿੰਟ ਤੇਰੀ ਚੈਟ ਨਹੀਂ ਪੜਨੀ ਵੈ ਕਿਉਂਕਿ ਜੇ ਚੈਟ ਪੜਦੇ ਟਰੱਕ ਗਿਆ ਬ੍ਰੇਕਾਂ ਨਾਲ ਆ ਮੈਂ ਲਾਉਂਦਾ ਨਹੀਂ ਬ੍ਰੇਕਾਂ ਹੁਣ ਲੱਤਾਂ ਹਾ ਚੱਕ ਕੇ ਦਿਖਾ ਦਿਆ ਭਾਈ ਮੈਂ ਟਰੱਕ ਮੈਨੂੰ ਸਲੋ ਕਰਨਾ ਉਹ ਬ੍ਰੇਕਾਂ ਨਹੀਂ ਓਏ ਨੈਟ ਲਾ ਕਰਕੇ ਨਾ ਅੱਗੇ ਪਿੱਛੇ ਹੁੰਦੇ ਆ ਟਰੱਕ ਅੱਗੇ ਪਿੱਛੇ ਨਹੀਂ ਹੁੰਦੀ ਮੈਂ ਇਹਦੇ ਬਰਾਬਰ ਆਉਣਾ ਪਤਾ ਆਵੇ ਮੈਂ ਓਏ ਚੱਕਰ ਪਤਾ ਮੂਰੇ ਆ ਜੇ ਕੋਈ ਆਉਂਦੇ ਆਉਂਦੇ ਓਏ ਮੈਨੂੰ ਐ ਲੱਗਦਾ ਵੀ ਦੂਜਾ ਕੈਮਰਾ ਮੈਨੂੰ ਪੈਰਾਂ 'ਚ ਲਾਉਣਾ ਪੈਣਾ ਹੈ ਮੇਰੇ ਗਿੱਟੇ ਛਪਾ ਮੇਰੇ ਚਰਨ ਦਿਖਾਇਆ ਕਰ ਚਰਨ ਦਿਖਾਇਆ ਕਰ ਭਾਈ ਬਾਟਾ ਵੜਦੇ ਜਾਂਦੇ ਸੌ ਲੱਗੇ ਟਰੱਕ ਚਲਾਉਣਾ ਸਵਾਲ ਆ ਰਿਹਾ ਕੋਈ ਐਕਸੀਡੈਂਟ ਨਹੀਂ ਕੁਛ ਨਹੀਂ ਕਰ ਰਹੇ ਸਿੱਖ ਗਿਆ ਕਿ ਨਾ ਫਰਕ ਬੱਜੂਗਾ ਨਹੀਂ ਵੱਜਦੇ ਸਨੀ ਨਾ ਆਪਣੀ ਬੇਇੱਜ਼ਤੀ ਦੋਵਾਂ ਦੀ ਹੈ ਦੇਖ ਕਿਉਂਕਿ ਅੱਜ ਸਿਮਰ ਸੈਣੀ ਸਾਈਡ ਤੇ ਹੈ ਮੈਨੂੰ ਸਾਈਡ ਨਹੀਂ ਹੈਗੀ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਦੀ ਹੋ ਗਿਆ ਹੋ ਗਿਆ ਹੋ ਗਿਆ ਕਿਉਂਕਿ ਸੈਣੀ ਕਹਿੰਦੇ ਸੈਣੀ ਨੇ ਕਹਿਣਾ ਓਏ ਹੋਏ ਤੇਲ ਮੁੱਕਣ ਵਾਲਾ ਬਈ ਓਏ ਤੇਲ ਓਏ ਤੇਲ ਓਏ ਰੋਕ ਲਾ ਨੀ ਰੋਕਦਾ ਉਹ ਭੈਣ ਦੇ ਨੇ ਵਿੱਚ ਗਾਈਆਂ ਕੇ ਘੋੜੀਆਂ ਇਹਦੇ ਸੈਣੀ ਯਾਰ ਤੈਨੂੰ ਆਖਣ ਲਈ ਆਵੇ ਭਰਾਵਾ ਗੱਬੇ ਇੱਦਾਂ ਕੌਣ ਰੋਕਦਾ ਹੁੰਦਾ ਜੋ ਟਰੱਕ ਵੱਜਿਆ ਕੇ ਚ ਖੜ ਗਿਆ ਉਹ ਤੇ ਸਾਨੂੰ ਪਤਾ ਪਿੱਛੋਂ ਇੰਨੀ ਜਿਹੜਾ ਬੰਦਾ 100 ਦੀ ਸਪੀਡ ਤੇ ਆਉਂਦਾ ਦੱਸ ਰੁਕਦੇ ਛੇਤੀ ਯਾਰ ਅੰਨਾ ਹੈ ਮੂਰੇ ਗੁਰੂ ਜੀ ਉੱਪਰ ਬ੍ਰੇਕਾਂ ਲਾਵੇ ਭੈਣ ਚ ਬੰਦਾ ਉਹ ਚੈਟ ਪੜਦਾ ਪੜਦਾ ਨਹੀਂ ਪਾਸ ਨਹੀਂ ਪਾਸ ਨਹੀਂ ਦੂਰੋਂ ਆਇਆ ਮੈਂ ਦੱਸ ਕਮਾਲ ਦੀ ਗੱਲ ਹੈ ਟਰੱਕ ਤਾਂ ਚੂਕਦਾ ਗਿਆ ਭਰਾਵਾ ਆ ਦੇਖ ਬਈ ਸਿਟਰ ਬੈਲਟ ਹੈ ਹਾਂਜੀ ਟਰੱਕ ਸੈਣੀ ਨੂੰ ਨਹੀਂ ਜਾਂਦਾ ਵੀ ਹੈ ਕਿ ਉਹ ਨਹੀਂ ਉਹ ਮੈਂ ਨਾ ਭਾਈ ਦੀ ਉਹ ਪੜਨ ਲੱਗ ਗਿਆ ਨਾ ਚੈਟ ਤਾਂ ਕਰਕੇ ਚੱਕਰ ਪੈ ਗਿਆ ਚਲੋ ਕੋਈ ਨਹੀਂ ਟੈਨਸ਼ਨ ਨਹੀਂ ਕੋਈ ਟੈਨਸ਼ਨ ਕੋਈ ਨਹੀਂ ਦੇਖ ਲੈ ਇਹਨੂੰ ਵੀ ਕਿ ਇਹ ਹੋ ਦੀਦਾ ਸੀ ਇਹਨੂੰ ਆ ਲੈਂਡ ਮੈਂ ਦੇਖ ਲੈ ਲੈਂਡਮੈਂਟ ਗਲਤ ਹੋ ਗਈ ਆ ਦੇਖ ਟਰੱਕ ਸਟੀਅਰਿੰਗ ਕਿਵੇਂ ਲੱਗਾ ਕਰਨ ਜੀ ਲੈਂਡਮੈਂਟ ਕਰ ਆਏ ਕਰੋ ਤੁਸੀਂ ਜਾਇਓ ਕਿ ਮੈਂ ਮਾੜਾ ਕੰਮ ਕਰਿਆ ਮੈਂ ਕਰਦਾ ਕਰਿਆ 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 ਬਾਈ ਸਵਾਲ ਆ ਗਿਆ ਸੀ ਵੈਸੇ ਸੈਣੀ ਹਮ ਤੇਰੇ ਕੋਲ ਸ਼ਰਨ ਭਾਈ ਨੰਗੂ ਸ਼ੂ ਕਰਕੇ ਓਏ ਮੋੜ ਮੋੜਨਾ ਓਏ ਇਥੋਂ ਮੋੜ ਮੋੜਨਾ ਕੋਈ ਅੱਗੇ ਨੰਗਦਾ ਭਰਾਵਾ ਯਾਰ ਮੈਨੂੰ 10 ਮਿੰਟ ਪਹਿਲਾਂ ਤੋਰ ਦਿਆ ਕਰੋ ਓਏ ਸਾਰੇ ਜਾਣੇ ਲਵਜੂ ਬਾਈ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਆਪਣੇ ਵੱਲੋਂ ਅਸੀਂ ਤਾਂ ਗੇਮਦਾਰ ਹੋਰ ਖੇਡਣੀ ਸੀ ਕੋਈ ਠੀਕ ਹੈ ਉਹ ਬਸ ਫਿਰ ਸਾਡਾ ਨਾ ਸਬੱਬ ਨਹੀਂ ਬਣਿਆ ਕਹਿੰਦੇ ਜਦੋਂ ਉਹ ਲਾਈਟਾਂ ਪੂਰੇ ਧਿਆਨ ਨਾਲ ਜਿਹੜਾ ਮੇਰੇ ਪਿਛਲੇ ਪਾਸੇ ਹੋਊਗਾ ਦੇਖੀਓ ਟ੍ਰੈਫਿਕ ਬਹੁਤ ਆ ਬਾਈ ਤੁਸੀਂ ਵੀ ਸਾਰੇ ਜਿਉਂਦੇ ਵੱਜਦੇ ਰਹੋ ਬਾਈ ਸਰਕਾਰੀ ਮਾਸਟਰ ਸੀ ਉਹਨਾਂ ਨੇ ਸਕੂਲ ਖੋਲਿਆ ਪ੍ਰਾਈਵੇਟ ਨਾ ਨੀ ਮੇਰੇ ਯਾਦ ਯਾਰ ਉਹਨਾਂ ਦਾ
ਚਲੋ ਬਈ ਲਾਸਟ ਤਾਂ ਹੈ ਨਹੀਂ ਨਾ ਹੁਣ, ਪਿੱਛੇ ਹੋਰ ਰਹਿ ਗਿਆ ਦੂਜਾ ਕੀ ਨਾ ਸਨੀ ਮੈਨੂੰ ਮੈਨੂੰ ਬਰਾਊਨ ਹੀ ਦਿਖਿਆ ਮੈਂ ਵੀ F7 ਦਾ। ਹੈਲੋ 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 ਰਵੀ ਵੀਰ ਕੀ ਹਾਲ ਚਾਲ ਆ ਬਾਈ ਬਾਈ ਤੂੰ ਵੀ ਮਾਨਸਾ ਦੇ ਏਰੀਆ ਮਾਨਸਾ ਮਾਨਸਾ ਦੇ ਏਰੀਆ ਦੇ ਕਿਹੜੇ ਕਿਹੜੇ ਦੱਸੋ ਪਹਿਲਾਂ ਮਾਨਸਾ ਵੀ ਕੱਤੀ ਵਾਲੇ ਤੇ ਪਿੰਡ ਦਾ ਨਾਮ ਲਿਖੋ। ਆਈ ਚੱਕ ਸਾਰੇ ਛੱਡਤੇ ਪਿੱਛੇ ਗਣਸ਼ਾਨ ਰਹਿ ਗਿਆ ਗੱਲਾਂ ਹਾਏ ਹਾਏ ਨਹੀਂ ਤਾਲੀ ਵਾਲ ਸਭ ਤੋਂ ਅੱਗੇ ਵੀਰੇ ਅਸਰੋ ਯਾਰ ਬਾਹਰਲਾ ਬਹੁਤ ਖਾਈ ਨਾ ਵਿਊ ਆਹ ਚੈੱਕ ਕਰੋ ਬਾਈ ਕਿੰਨਾ ਘੈਂਟ ਆ ਵਿਊ ਤੇ ਇਹ ਰੀਅਲ ਆ ਬਾਈ ਜਮਾ ਇੱਦਾਂ ਹੀ ਆ ਉਹ ਜਿਹੜੀ ਜਗ੍ਹਾ ਆਪਾਂ ਜਾ ਰਹੇ ਹਾਂ ਠੀਕ ਹੈ ਸਰਸਾ ਓਕੇ ਬਾਈ ਜੀ ਅਰੇ ਬਹੁਤ ਟਰੱਕ ਦੀ ਯਾਰ ਪਤਾ ਨਹੀਂ ਰਿਅਰ ਵੀ ਲੱਗ ਗਿਆ ਭੈਣ ਦੀ ਦਾ ਕਿੰਨਾ ਚਿਰ ਹੋ ਗਿਆ ਲਾਲ ਹੋਈ ਰਹੇ ਤੇ ਬੰਦ ਹੀ ਨਹੀਂ ਆਇਆ ਤੇ ਗਣਸ਼ਾਨ ਕਿੱਧਰ ਮੈਂ ਜੇ ਬੈਰੀਅਰ ਅਜ ਮਾਰਦਾ ਫਿਰਦਾ ਤੂੰ ਗੁਰਚਰਨ ਨੇ ਨਾ ਉਹ ਕਿਉਂ ਗੁਰਚਰਨ ਨੇ ਮੁੜਨਾ ਸੀ ਗੁਰਚਰਨ ਨੇ ਭੈਣ ਜੀ 100 ਦੀ ਸਪੀਡ ਤੇ ਸਿੱਧੇ ਹੀ ਲੈ ਗਿਆ ਨਾਲ ਮੈਨੂੰ ਲੈ ਗਿਆ ਨਾਲ ਹੀ ਮੈਨੂੰ ਲੈ ਗਿਆ ਉਧਰ ਆਂਟੀ ਬੁਲਾਈ ਜਾਂਦੀ ਸੀ ਨਾ ਗੁਰਚਰਨ ਨੂੰ ਤਾਂ ਕਰਕੇ ਟਰਾਲਾ ਬ੍ਰੇਕ ਤੇ ਪੈਰ ਰੱਖ ਹੋ ਸਕਦਾ ਸੀ ਉਸ ਨਹੀਂ ਰੱਖਿਆ ਜਾਂਦਾ ਕਈ ਵਾਰ ਉਹ ਪੈਰ ਰੱਖ ਲਏ ਹੁਣ ਕੀਬੋਰਡ ਤੇ ਸਿਮਰ ਪਿੱਛੇ ਰਹਿ ਗਿਆ ਇਹੀ ਗੱਲ ਟੀ 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 ਸਿਮਰ ਪਿੱਛੇ 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 ਟੁੱਕਿਆ ਸੀ ਗੁਣਸ਼ਾਨ ਆਪਾਂ ਹੀ ਮੂਰੇ ਹੋਏ ਤੀਜੇ ਨੰਬਰ ਤੇ ਆ ਮੈਂ ਉਹ ਭਾਂ ਕਿਤੇ ਟੱਪ ਗਿਆ ਸਨੀ ਜੀ ਨਹੀਂ ਤੂੰ ਮੇਰੇ ਟਰੱਕ 'ਚ ਟਰੱਕ ਮਾਰਿਆ ਸੀ ਬੋਕ ਬੋਕ ਤੂੰ ਹਾਂ ਮੇਰਾ ਟਰੱਕ ਆ ਗੋਲੇ ਜੇ ਰੁੜਦੇ ਹੁੰਦੇ ਹੋ ਯਾਰ ਉਹ ਟਰੱਕ ਉਹ ਹੋ ਗਿਆ ਸੀ ਮੇਰਾ ਉਹ ਬਾਈ ਨਾ ਮੈਂ ਚੈਟ ਪੜਦਾ ਪੜਦਾ ਨਾ ਉਹ ਕਰ ਲੈ ਟੀ ਡੀ ਕਰੀ ਜਾਂਦਾ ਮੁੱਕਦਾ ਮੁੱਕ ਜੇ ਭੈਣ ਜੀ F7 ਨੇ ਪੰਜ ਦਾ ਰੇਸ ਪੂਰੀ ਲੱਗੀ ਕੰਮ ਦੱਸੋ ਓ ਕੰਮ ਦੱਸੋ ਬਈ ਕੀ ਹੈ ਕੰਮ ਦੱਸੋ ਫੇਰ ਹੀ ਪਤਾ ਲੱਗੂ ਮੈਂ ਮਗਰੋਂ ਆ ਗਿਆ ਗੁੰਚਾ ਗੁਰਸ਼ਰਨ ਹਾਲੇ ਇੱਥੇ ਦਾ ਇੱਥੇ ਹੀ ਆ ਕੰਮ ਦੱਸੋਗੇ ਫੇਰ ਹੀ ਪਤਾ ਲੱਗੂ ਨਾ ਇਦਾਂ ਤੁਸੀਂ ਇੱਕ ਕੰਮ ਸੀ ਕੀ ਕੰਮ ਸੀ ਸਰਵਿਸ ਲੈਣ ਦੀ ਤੁਰੇ ਹੋਆ ਭੈਣ ਚ ਸਾਰੇ ਸਰਵਿਸ ਲੈਣ ਚ ਆ ਚਾਲੇ ਕੋਈ ਨਹੀਂ ਜਾਂਦਾ ਤੇ ਮਰ ਹੁੰਦਾ ਵਿਚਾਲੇ ਤਾਂ ਮੈਂ ਜਾ ਰਿਹਾ ਦੂਜੀ ਲਾਈਨ ਚ ਜਰਾ ਇੱਥੇ ਟਰੱਕ ਚਲਾਉਣ ਦਾ ਸਵਾਦ ਨਹੀਂ ਆ ਰਿਹਾ ਓਏ 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 ਇੱਥੇ ਹੀ ਚਲਾਉਣਾ ਟਰੱਕ ਆ ਚੀਜ਼ ਵਧੀਆ ਹੁੰਦਾ ਨਹੀਂ ਟਰੱਕ ਹਾਂ ਮੇਰਾ ਤਾਂ ਬੰਦ ਹੋ ਗਿਆ ਕਿਹੜੀ ਕਿਹੜੀ ਗੱਲ ਪੁੱਛਣੀ ਦੱਸੋ ਬੰਦ ਹੋ ਗਿਆ ਬਈ ਆਪਣਾ ਟਰਾਲਾ ਬੰਦ ਹੋ ਗਿਆ ਬਈ ਓਏ ਤੇਲ ਮੁੱਕ ਗਿਆ ਬਈ ਓਏ ਚਲੋ ਜੀ ਲਿਆਓ ਟੋ ਕਰ ਲਓ ਹੁਣ ਐਵੇਂ ਵੀਰ ਓਏ ਹਜੂਰ ਹੋਲੀ ਅੱਗੇ ਉਹ ਟਰੱਕ ਟੁੱਟਿਆ ਪਿਆ ਉਹਦਾ ਬਸ ਹੁਣ ਟੋ ਤੇ ਕੰਮ ਆ ਗਿਆ ਚੱਲ 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 ਇਹਨੂੰ ਕੋਈ ਸੰਗਲ ਪਾ ਲਓ ਜੇ ਨਾਲ ਟਰੱਕ ਸੰਗਲ ਪਾ ਲਓ ਇਹਨੂੰ ਆ ਤੇਰਾ ਟੋਚਰ ਬਾਲਾ ਜੇ ਪੈਂਦਾ ਇਹ ਨਹੀਂ ਪੈਂਦਾ ਛੋਟਾ ਮੰਦਾ ਓਏ ਓ ਮੰਨ ਗਿਆ ਓਏ ਹਾਂ ਸਾਲਿਓ ਇਹ ਇਹਦੇ ਲਈ ਤਾਂ ਛੋਟਾ ਹੀ ਆ ਇਹਦੇ ਤਾਂ 13 ਵੀ ਪੈ ਤੂੰ ਗਧਾ ਆ ਐਡਾ ਪਾ ਲੇਗਾ ਓ ਮੇਰਾ ਭਰਾ ਕੰਮ ਦੱਸ ਕੀ ਹੈ ਕੰਮ ਫੇਰੀ ਮੈਂ ਦੱਸੂ ਤੈਨੂੰ ਕੀ ਕੰਮ ਹੈ ਰਿਪਲਾਈ ਤਾਂ ਕਰੀ ਜਾਣਾ ਹਜੂਰ ਮਨ ਪਲਟ ਗਿਆ ਪਲਟਣਾ ਹੀ ਸੀ ਬੰਦਿਆਂ ਨੂੰ ਚਲਾਉਂਦਾ ਹੀ ਨਹੀਂ ਤੂੰ ਚੈੱਕ ਕਰਕੇ ਜਾਂਦਾ ਫਿਰਦਾ ਇਹ ਹਜੂਰ ਮਨ ਪਲਟਿਆ ਕਹਿੰਦਾ ਨਹੀਂ ਯਾਰ ਹਜੂਰ ਦੀ ਗੱਲ ਤੇ ਮੋੜੀ ਬਾਲਾ ਗੰਦਾ ਸੀ ਆ ਮੋੜੀ ਗੰਦਾ ਸੀ ਹੱਦ ਹੋ ਗਈ ਯਾਰ
ਆਪਣਾ ਤਾਂ 61 ਕਿਲੋਮੀਟਰ ਰਹਿ ਗਿਆ ਯਾਰ, ਹੋਰਾਂ ਦਾ ਨਿਬੜ ਗਿਆ ਕੰਮ। ਤੇਰੇ 61 ਸਾਡੇ 60 ਰਹਿ ਗਿਆ ਹੁਣ 59। ਗੱਲ ਕਰਾਇਆ ਵੀ ਜਿੰਨੇ ਦਾ ਲੋਡ ਆ ਉਦੋਂ ਦੁੱਗਣ ਦਾ ਬਈ ਤੈਨੂੰ ਪੈਸੇ ਆਉਂਦੇ ਆ। ਹਾਂ ਬਈ ਆਉਂਦੇ 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 ਆ। ਹਜੂਰ ਬਾਈ ਹੁਣ ਮੈਂ ਦੂਰ ਦੂਰ ਸੀ ਤੁਹਾਡੇ ਤੋਂ, ਠੀਕ ਆ, ਹੁਣ ਨਾ ਮੈਨੂੰ ਕਹਿ ਦੋ ਜੇ ਕਿ ਮੈਂ ਪਲਟਾਇਆ। ਤੇਰਾ ਬਹੁਤ ਨਹੀਂ ਜਾਇਦਾ ਹੁਣ ਇਸ ਤਰ੍ਹਾਂ, ਮੇਰੀ ਗੱਲ ਨਹੀਂ ਮੈਨੂੰ ਪਤਾ। ਹਜੂਰ ਮਾਨ ਅੱਗੇ ਫਿਰਦਾ ਭੈਣ ਚੋ ਹੈ ਹਜੂਰ ਯਾਰ, ਟੱਟੂ ਦੀ ਗੇਮ ਹੈ ਭੈਣ ਚੋ। ਫਿਰ ਬਈ ਆਪਾਂ ਨੂੰ ਨੱਪਣਾ ਹੀ ਪੈਣਾ ਸੀ ਕਿਉਂਕਿ ਮੇਰਾ ਟਰਾਲਾ ਤਾਂ ਹੋ ਗਿਆ। ਆਉਂਦੇ 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 ਪੈਸੇ ਆਉਂਦੇ 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 ਪੈਸੇ ਮੈਨੂੰ। ਅਸੀਂ ਵੀ F7 ਬਣਦੇ ਆ ਸੈਣੀ, ਦੱਸ ਮੈਂ ਕਿਵੇਂ ਪਲਟੇ ਆ ਸੈਣੀ। ਫਿਰ ਕੀ ਫਾਇਦਾ ਗੇਮ ਖੇਡਣ ਦਾ, ਐਗਜ਼ਿਟ ਹੀ ਕਰ ਜਾ F7 ਨਹੀਂ ਕਰਦੀ। ਮੈਂ ਤਾਂ ਸਾਰੇ ਪਿੱਛੇ ਹੀ ਗਿਆ, ਮੈਂ ਤਾਂ ਘਟਾ ਹੀ ਪਿਆ। ਬਈ ਵਧੀਆ ਗੱਲ ਆ, ਵਧੀਆ ਗੱਲ ਆ। ਨਹੀਂ ਮੇਰਾ 28 ਹੈ, ਇਹ ਤਾਂ ਫਿਰ ਉਹੀ ਗਰਾਉਂਡ ਹੀ ਕਰਤੀ ਨਾ ਫਿਰ। ਬਾਈ ਮੈਂ ਜਾ ਨਹੀਂ ਸਕਦਾ, ਮੈਂ ਜਮਾ ਹੀ ਟਿਕਟ ਪਲਟ ਗਿਆ ਸੀ, ਵੱਜਿਆ ਨਹੀਂ ਸੀਗਾ ਯਾਰ। ਤੁਸੀਂ ਨਾ ਲਾਉਂਦੇ ਹੋ ਬੰਦਿਆਂ ਦਾ ਉਹੀ। ਬਾਈ ਮੇਰੇ ਕੋਲ ਸੈਣੀ ਨਹੀਂ ਗਿਆ, ਸੈਣੀ ਨੂੰ ਪੁੱਛ ਲਓ ਚਾਹੇ। ਲਾਈਕ ਮਾਰ ਦੋ, ਤੁਹਾਡੇ ਨਵੇਂ ਦੇਖ ਰਹੇ ਬਈ ਉਹ ਸਾਈਡ ਤੋਂ ਲੰਘ ਚੁੱਪ ਚੁੱਪ ਤੇ, ਮੈਂ ਦੇਖਿਆ ਨਹੀਂ ਇਹਨੂੰ। ਬਾਈ ਮੈਂ ਕੁਝ ਵੀ ਨਹੀਂ ਕਰਦਾ, ਮੇਰੇ ਚੈਨਲ ਦਾ ਨਾ ਮੈਂ ਲੋਗੋ, ਨਾ ਮੈਂ ਕੁਝ ਵੀ ਨਹੀਂ। ਆਪਣਾ ਸਾਰਾ ਸਿਸਟਮ ਹੈ ਜਿਹੜਾ, ਉਹ ਇੱਕ ਸਿਮਰ ਸੈਣੀ ਨਾਂ ਦਾ ਬੰਦਾ ਹੈਗਾ, ਉਹ ਹੈਂਡਲ ਕਰਦਾ। ਗੰਦ ਬਾਰ ਰੱਖਿਆ ਨਾ ਕੱਲੇ ਨੇ, ਇਹ ਫੁੱਦੂ ਹੀ ਬੰਦਾ, ਵਧੀਆ ਨਹੀਂ ਉਹਦਾ, ਫੁੱਦੂ ਵੀ ਹੈ। ਪਰ ਮੈਂ ਆਪਦੇ ਚੈਨਲ ਦਾ ਕੁਝ ਵੀ ਨਹੀਂ ਕਰਦਾ, ਮੈਂ ਸਿਰਫ ਵੀਡੀਓ ਐਡੀਟਰ ਵੀ ਨਹੀਂ ਕਰਦਾ। ਪਹਿਲੀ ਗੱਲ ਤਾਂ ਚ ਉਹਨੂੰ ਵੀਡੀਓ ਬਣਾ ਕੇ ਉਹਨੂੰ ਦੇ ਦੇਦੀ, ਉਹਨੇ ਐਡਿਟ ਜੋ ਕਰਨਾ ਉਹ ਕਰਕੇ ਆਪੇ ਪਾਉਂਦਾ, ਅਪਲੋਡ ਕਰਦਾ। ਵਿੱਚ ਗਾਈਆਂ ਹੋਏ ਧਿਆਨ ਨਾਲ, 8000 ਆਉਂਦਾ ਹੈ, 5000 ਤੇ ਅਸੀਂ ਬੰਦਾ ਰੱਖਿਆ। ਇਹ ਕੰਪਲੀਮੈਂਟ ਸੀ ਕਿ ਬੇਇੱਜ਼ਤੀ ਸੀ? ਬੇਇੱਜ਼ਤੀ ਜੋ ਮਰਜ਼ੀ ਲਾ, ਬੇਇੱਜ਼ਤੀ ਗਾਲੀ ਸਾਲਾ, ਤੈਨੂੰ ਸੈਲਰੀ ਤੇ ਰੱਖਿਆ ਨਹੀਂ ਤਾਂ। ਹਾਂ ਰੰਗ ਲਾਤੇ ਲੱਲਾ ਨੇ ਬਾਈ, ਉਹਨੂੰ ਗਾਲ ਜਿਹੜਾ ਬੈਕ ਨਾਲ ਲਾਵੇ ਓਏ ਵੱਡੇ ਮਹਾਰਾਜ ਦੀ। ਯਾਰ ਤੇਲ ਹੀ ਨਹੀਂ ਪਾ ਰਹੇ ਯਾਰ, ਇਹ ਮੈਂ ਤੇਲ ਦਾ ਕਹਿ ਰੱਖਿਆ ਇਹਨਾਂ ਨੂੰ ਯਾਰ। ਨਾਮ ਅਸੀਂ ਸਰਸੇ ਵਾਲੇ ਨੂੰ ਮੰਨਦੇ ਹਾਂ। ਟਰੱਕ ਬੰਦ ਕਰ, ਗੁਫਾ 'ਚ ਜਾ ਕੇ ਆਇਆ, ਗੁਫਾ 'ਚ ਜਾਂਦਾ ਬਈ। ਆ ਜਾਂਦਾ ਮਹੀਨੇ ਦਾ 8000 ਕਰ ਗਾ ਬਾਬੇ। ਕਹਿੰਦੇ ਡਿੱਗਦੇ ਡਿੱਗਦੇ ਪਹੁੰਚ ਗਏ ਆ। ਉਹ ਬਈ ਇਹ ਤੇਲ ਕਦੋਂ ਵਗ ਜਾਣਗੇ ਯਾਰ, ਇਹ ਮੈਂ ਕਹਿ ਰੱਖਿਆ ਇਹਨਾਂ ਨੂੰ। ਓਏ ਤੂੰ ਤੂੰ ਇਹ ਥੋੜੀ ਪਾਉਣਗੇ ਤੇਲ। ਹਾਂ ਆਪ ਆ ਤੇਲ ਸਾਗ, ਇਹ ਪਾਗਲ ਤੇਲ ਤੁਰਦੇ ਨਹੀਂ, ਟਰੱਕ ਹੀ ਨਹੀਂ ਤੁਰਦਾ, ਮੈਂ ਕਿੱਥੇ ਤੇਲ ਪਾਉਣ। ਉਹ ਪਹਿਲਾਂ ਬੰਦ ਕਰ, ਫੇ ਐਂਟਰ ਦਬ, ਲਗਾਤਾਰ ਦੱਬੀ ਰੱਖ ਐਂਟਰ, ਫੇ ਤੁਰੂਗਾ। ਓਏ ਹਜੂਰ ਬਾਈ ਲੈ ਵੀ ਮੇਰੇ ਵੱਲੋਂ ਨਾ ਉਹਨੂੰ 1-1 ਯੂਰੋ ਦੀ ਸੁਪਰ ਚੈਟ, ਜੇ ਤੁਸੀਂ ਇੱਥੇ ਟਰੱਕ ਜੀ ਨੇ ਲਾਤਾ ਜਦੋਂ ਵੀ ਉਹ ਚੈਨਲ ਮੋਨੇਟਾਈਜ਼ ਹੋ ਗਿਆ ਮੈਂ ਕਰੂੰਗਾ, ਠੀਕ ਹੈ। ਕਿੰਨੀ ਵਾਚ ਟਾਈਮ? ਨਹੀਂ ਵਾਚ ਟਾਈਮ ਫੁੱਲ ਹੀ ਆ ਸਾਰਾ, 4000 ਕੀਤਾ ਸੀ ਇੱਥੇ ਜਿਹਨੇ ਇੱਥੇ ਬੈਕ ਲਾਤਾ ਟਰੱਕ। ਛੜਾ ਯੂਰੋ ਤਾਂ ਦੱਸ ਪਹਿਲਾਂ, 1 ਯੂਰੋ ਦੀ ਸੁਪਰ ਚੈਟ ਉਹਨੂੰ ਮੈਂ ਕਰੂੰ? ਨਹੀਂ ਚਾਹੀਦੇ, ਤੈਨੂੰ ਤਾਂ ਮੈਂ ਕਰਦਾ ਵੀ ਨਹੀਂ ਯਾ। ਕਿ ਮਿਊਜ਼ਿਕ ਕਿਧਰ ਚੱਲ ਪਿਆ ਬਾਈ? ਮਿਊਜ਼ਿਕ ਤਾਂ ਚੱਲ ਪਿਆ, ਉਹ ਹੋ ਗਿਆ ਗਿੱਲ, ਲੇਟ ਹੋ ਗਿਆ ਆਪਾਂ। ਹੈ ਹਾਂ, ਡੁੰਚੁਕ ਡੁੰਚੁਕ ਹੋ ਗਿਆ ਇੱਧਰ ਕੀ ਤੇਰੇ ਫੇਰੇ ਰੱਖਿਆ, ਪਰਲੇ ਪਾਸੇ ਟਰੱਕ ਬੈਕ ਲਾਉਣਾ ਹੈ। ਮੇਰੇ ਕਿਉਂ ਚੱਲ ਪਿਆ ਮਿਊਜ਼ਿਕ, ਕਿਵੇਂ ਚੱਲ ਪਿਆ? ਬੰਦ ਕਰੋ ਮੈਨੂੰ, ਮੈਨੂੰ ਸ਼ੋਈ ਇੱਥੇ ਕੀਤਾ, ਤੈਨੂੰ ਪਰਲੇ ਸਾਈਡ ਕੀਤਾ ਹੋਣਾ। ਯਾਰ ਤਾਂ ਜੇ ਮਿਊਜ਼ਿਕ ਬੰਦ ਕਰ ਰੱਖਿਆ ਯਾਰ, ਓਏ ਇਹਦਾ ਕੋਈ ਕਾਪੀਰਾਈਟ ਨਹੀਂ ਹੈਗਾ। ਹੈ ਨਹੀਂ ਫੇਰ ਠੀਕ, ਹਾਂ ਜੇ ਆ ਗਿਆ ਤਾਂ ਬੰਦ ਕਰ ਦੀ ਫਿਰ। ਗੱਲ ਕਹਿੰਦਾ ਜਿਹੜੇ ਸਾਲੇ 4 ਬਣਨੇ ਉਹ ਵੀ ਨਹੀਂ ਬਣਨੇ। ਹੋਰ ਯਾਰ
ਭਾਈ ਬਹੁਤ ਚਾਹੇ ਵੀਡੀਓ ਪਾ ਪਾ ਕੇ ਤਾਲੀ ਲਾ ਤੈਨੂੰ ਪਾਰਲੀ ਸੈਂਡ ਕਿਹਾ ਹੈ ਇਹਨਾਂ ਨੇ ਹੋ ਨਹੀਂ ਉਹਨੂੰ ਤਾਂ ਬਣਦੀ ਆ ਵੀ ਜਿਹੜਾ ਉੱਥੇ ਲਾ ਦੇਵੇ ਆ ਸਿਵਰ ਨੇ ਦੇਖ ਉਹ ਸਿੱਧੇ ਵਾਲਾ ਲਾਇਆ ਹੋਇਆ ਦਿਖੀ ਜਾਂਦਾ ਬੈਕ ਕਰਕੇ ਲਾਇਆ ਮੈਨੂੰ ਬੈਕ ਦੀ ਆਪਸ਼ਨ ਨਹੀਂ ਆਈ ਉਹ ਬਸ ਸਾਨੂੰ ਕਰੂ ਉਹੀ ਗੱਲਾਂ ਨਾ ਫਿਰ ਸ਼ਾਰਟ ਲਾਉਂ ਬਾਈ ਆਪਣੀ ਵੀਡੀਓ ਹੁੰਦੀ ਸੀ 20-30 ਮਿੰਟਾਂ ਦੀ ਉਹ ਭੈਣ ਚ ਮੇਰਾ ਟਰੱਕ ਬੈਟਰੀਆਂ ਤੇ ਹੋ ਗਿਆ ਓਏ ਆਵਾਜ਼ ਨਹੀਂ ਯਾਰ ਗੱਲ ਨਹੀਂ ਬਣਦੀ ਪਈ ਬੈਟਰੀ ਤੇ ਹੋ ਗਿਆ ਆਵਾਜ਼ ਨੂੰ ਵੜ ਗਿਆ ਆਵਾਜ਼ ਨਹੀਂ ਉਹਦੀ ਭੈਣ ਚ ਤੇਲ ਵੀ ਜਿਹੜੀ ਆਵਾਜ਼ ਨਹੀਂ ਤਾਂ ਵੀ ਰਹਿ ਜਾਂਦਾ ਓਏ ਬਿਨਾਂ ਉਹ ਤਾਂ ਹੀ ਆਹ ਠੀਕ ਹੈ ਕੰਮ ਫਿਰ ਉਹਨਾਂ ਨੇ ਐਮਰਜੈਂਸੀ ਉਹਨਾਂ ਤੇ ਕਰਤਾ ਕੱਢ ਕੇ ਲੈ ਗਏ ਇੰਜਨ ਕੱਢ ਕੇ ਲੈ ਗਏ ਬੈਟਰੀ ਭੈਣ ਦੇ ਨੇ ਤਾਂ ਇੰਜਨ ਕੱਢ ਕੇ ਲੈ ਗਏ ਬੈਟਰੀ ਛੱਡ ਗਈ ਇਕੱਲੀ ਉਹ ਗੱਲ ਪੱਕੀ ਓਏ ਸੱਚੀ ਯਾਰ ਮੈਂ ਲਾਈਟ ਨੂੰ ਜਾ ਦੇਖ ਲਓ ਭਲਾ ਇੱਥੋਂ ਦੀ ਮੈਂ ਲੰਘ ਕੇ ਗਿਆ ਭੈਣ ਜਦੋਂ ਤੇਲ ਨਹੀਂ ਪਾਇਆ ਗਿਆ ਲਾਈਵ ਕਰਦੇ ਸੀ ਵੱਧ ਤੋਂ ਵੱਧ ਓਏ ਕੰਬਾਈਨ ਚੱਕੇ ਓਏ ਅਗਾ ਚੱਕ ਨਹੀਂ ਸਕਦੇ ਤੁਸੀਂ ਕੰਬਾਈਨ ਹੈ ਨਹੀਂ ਆ ਵਧੀਆ ਟ੍ਰੇਲਰ ਆ ਸਿੱਧਾ ਸਿੱਧਾ ਤਾਲੀ ਖਲ ਕੀ ਹੋ ਗਿਆ ਰੇੜਾ ਫਸ ਗਈ ਸੱਚੀ ਮੇਰੇ ਟਰੱਕ ਦੀ ਆਵਾਜ਼ ਹੀ ਹੈ ਨੀ ਯਾਰ ਕਿੱਧਰ ਗਈ ਉਹਦੀ ਆਵਾਜ਼ ਨਹੀਂ ਆਉਂਦੀ ਤਾਂ ਵਧੀਆ ਗੱਲ ਆ ਕੀ ਤੇਰੇ ਮੈਨੂੰ ਗਾਣੇ ਸੁਣੀ ਜਾਂਦੇ ਆ ਮੈਨੂੰ ਗਾਣੇ ਸੁਣੀ ਸਾਲੇ ਬਈ ਮੋਨੇਟਾਈਜ਼ ਹੋਇਆ ਸੀ 1000 ਸਬਸਕ੍ਰਾਈਬਰ ਤੇ 4000 ਦਾ ਵਾਚ ਟਾਈਮ ਸੀਗਾ ਚਲੋ ਠੀਕ ਆ ਮੈਂ ਆਉਣਾ 1.5 ਘੰਟੇ ਤੱਕ ਆਉਣਾ ਮੈਂ 1.5 ਪੂਰਾ ਓਕੇ ਨਹੀਂ ਸਾਲੇ ਮੈਨੂੰ ਪਤਾ ਨਹੀਂ ਐ ਸਮਝਦੇ ਆ ਵੀ ਇਹਦੇ ਕੋਲ ਤਕੜਾ ਸਟੀਅਰਿੰਗ ਆ ਸਾਲੇ ਵੀ ਇੱਥੇ ਬੈਕ ਲਾ ਲੈ ਦੱਸ ਤੇਰੇ ਚ ਕੀੜਾ ਸੀਗਾ ਇਦਾਂ ਲਾਉਣ ਦਾ ਲਾਉਂ ਤਾਂ ਮੈਂ ਹੈਗਾ ਬੈਕ ਸਿਮਰ ਇਹ ਤਾਂ ਗਰਾਰੀ ਆ ਨਾ ਫਿਰ ਜਦੋਂ ਜੱਟ ਦੇ ਪੁੱਤ ਦੀ ਅੜ ਗਈ ਉਹ ਨਹੀਂ ਲੱਗਦਾ ਚਲੋ ਫਿਰ ਅਸੀਂ ਪਹਿਲਾਂ ਲੈਣੀ ਕਰਦੇ ਹਾਂ ਲਾ ਲੈਣ ਦੀ ਹੈ ਓ ਯਾਰ ਰੂਲਰ ਜਿਹਾ ਚੱਕ ਲਾ ਓਏ ਸੈਣੀ ਰੂਲਰ ਚੱਕ ਓ ਰੇੜੂਆ ਚੱਲ ਪਿਆ ਯਾਰ ਭੈਣ ਦੇ ਆ ਤਾਂ ਰੇੜੂ ਕਿੱਥੋਂ ਬੰਦ ਹੋਊਗਾ ਓ ਖੜ ਜਾ ਰੇੜੂਆ ਚੱਲ ਪਿਆ ਓ ਯਾਰ ਰੇੜੂ ਯਾਰ ਮੈਂ ਤੈਨੂੰ ਕੀ ਕਿਹਾ ਯਾਰ ਰੇੜੂਆ ਨਹੀਂ ਹੈਗਾ ਉਹ ਲੇਟ ਡਿਲੀਵਰੀ ਕਰਕੇ ਹੁੰਦਾ ਉਹ ਨਹੀਂ ਸੁਣਦੇ ਤੁਸੀਂ ਗੱਲ ਭਰਾ ਐ ਨਹੀਂ ਦੱਸਦੇ ਤੁਸੀਂ ਚਲ ਆ ਗਿਆ ਮੈਂ 214 ਕਿਲੋਮੀਟਰ ਹੀ ਆ ਓ ਬਾਈ ਉਹ ਸਾਰਾ ਕੁਝ ਜਦੋਂ ਤੇਰਾ ਮੋਨੇਟਾਈਜ਼ ਹੋ ਗਿਆ ਆਪੇ ਸਭ ਕੁਝ ਜੁੜ ਜਾਣਾ ਨੀ ਗੁਰਸ਼ਰਨ ਸਿੱਧਾ ਤੇ ਕੋ ਟਰੱਕ ਚੱਲਦਾ ਨੀ ਤੂੰ ਬੈਕ ਲਾਏਗਾ ਓਏ ਬੇਇੱਜ਼ਤੀ ਬੰਦੇ ਦੀ ਕਰਦਾ ਤੂੰ ਉਹ ਟਰੱਕ ਮੋੜਦਾ ਦੇ ਕਿੱਥੋਂ ਪਿਆ ਭਰਾਵਾ ਜਾਂ ਤਾਂ ਬਾਹਰੋਂ ਹੀ ਪੁੱਠਾ ਲੈ ਕੇ ਆ ਬਈ ਕੋਈ ਚੱਕਰ ਨੀ ਕੋਈ ਚੱਕਰ ਨੀ ਆਪਾਂ ਜਿੰਨੀ ਚੀਜ਼ ਆਪਾਂ ਨੂੰ ਪਤਾ ਆਪਾਂ ਦੱਸਾਂਗੇ ਟੈਨਸ਼ਨ ਨਾ ਲਓ ਆ ਦੇਖੋ ਪੁੱਤ ਅੰਦਰ ਬੈਕ ਲਾ ਰਿਹਾ 4 ਵਜੇ ਦਾ ਨੇ ਅੱਗੇ ਪਿੱਛੇ ਕਰ ਲਿਆ ਪੰਜਵੀਂ ਵਾਰੀ ਠੋਕੂਗਾ ਇਹ ਆ ਗਿਆ ਮੈਂ ਲਾਉਣਾ ਖੜ ਜੋ ਕਿਸੇ ਤੇ ਲੱਗਦਾ
ਸੁਪਰ ਚੈਟ ਕਿਹੜਾ ਕਹਿੰਦਾ ਸੀ ਮੈਨੂੰ ਕਰ ਨੂੰ ATS 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 ਕੋਈ ਵੀ ਨਹੀਂ ਕਹਿੰਦਾ ਸੀਗਾ ਇੰਨਾ ਕੋ ਹੈ ਹੀ ਨਹੀਂ ਜਿਹੜਾ ਸੁਪਰ ਚੈਟ ਕਰ ਦੂ ਤੈਨੂੰ ਗਿੱਲ ਦੇਖ ਲੈ ਤੈਨੂੰ ਨੰਗ ਕਹਿੰਦਾ ਹਾਂ ਸਹੀ ਗੱਲ ਹੈ ਲਵ ਹੈਲੋ ਐਫ ਐਸ ਬਾਈ ਮੋਡਸ ਬਾਈ ਜਿਹੜੇ ਮੋਡ ਹੈਗੇ ਉਹ ਫਿਰ ਦਿੱਤੇ ਹੋਏ ਆ ਅਦਰਵਾਈਜ਼ ਹੋਰ ਕੋਈ ਮੋਡ ਹਜੇ ਕੋਈ ਸਾਡੀ ਕੋਈ ਪਲੈਨਿੰਗ ਨਹੀਂ ਬਾਈ 8000 ਰੁਪਿਆ ਆਉਂਦਾ ਯਾਰ ਮੈਂਬਰ ਬਾਈ ਬਣ ਗਿਆ ਕਿਹੜਾ ਬਾਈ ਓਏ ਬਰਾੜ ਬਣ ਗਿਆ ਮੈਂਬਰ ਖੇਡਦੇ ਉਹਨੇ ਸਾਨੂੰ ਥੈਂਕ ਯੂ ਸੋ ਮੱਚ ਮੈਂਬਰ ਸਾਹਿਬ ਸਹੀ ਗੱਲ ਬਾਤ ਓ ਯਾਰ ਚੈਟ ਰੋਕ ਗਈ ਫੜਾਈ ਨਾ ਮਨ ਫੋਨ ਭਾਂ ਚੱਕ ਤਾਂ ਚੈਟ ਦਾ ਬੜਾ ਸਿਆਪਾ ਓਏ ਜੋਬ ਚੱਕ ਲੋ ਓਏ ਬਰਾੜ ਬਾਈ ਬਰਾੜ ਥੈਂਕ ਯੂ ਸੋ ਮੱਚ ਬਰਾੜ ਮਾਮੇ ਵਾਲਾ ਮੁੰਡਾ ਹੈ ਬਰਾੜ ਹੈ ਬਾਈ ਫ੍ਰੀ ਮੋਡ ਦਿੱਤੇ ਹੋਏ ਯਾਰ ਤੁਸੀਂ ਮੇਰਾ ਯੂਟਿਊਬ ਤੁਹਾਨੂੰ ਹੁਣ ਤੁਸੀਂ ਯੂਟਿਊਬ ਤੇ ਹੀ ਤੁਹਾਨੂੰ ਪਤਾ ਹੀ ਆ ਕਿੰਨੇ ਮੋਡ ਫ੍ਰੀ ਆਉਂਦੇ ਹਰ ਦਿਨ ਆਉਂਦੇ ਯਾਰ ਆਪਣਾ ਟਰੱਕ ਬੈਟਰੀ ਵਾਲਾ ਹੋ ਗਿਆ ਤੁਸੀਂ ਕਿੱਥੋਂ ਡਾਊਨਲੋਡ ਕਰਦੇ ਜਾਂ ਤੁਹਾਨੂੰ ਨਹੀਂ ਪਤਾ ਲੱਗਦਾ ਇਹ ਮੇਰੀ ਨਹੀਂ ਗਲਤੀ ਮੇਰੇ ਵੀਰ ਸੱਤੇ ਵੀਰ ਬਰਾੜ ਸਾਹਿਬ ਵੀ ਪੀ ਹੈ ਠੀਕ ਹੈ ਬਾਈ ਠੀਕ ਹੈ ਬਾਈ ਹੋਰ ਸੁਣਾ ਕੀ ਹਾਲ ਹੈ ਬਰਾੜ ਨੂੰ ਫੋਨ ਕਰੋ ਯਾਰ ਸੱਦੋ ਬਰਾੜ ਨੂੰ ਬਰਾੜ ਨੂੰ ਕਹਾ ਟਰੱਕ ਚਲਾਈਏ ਸਿਮਰ ਕਰ ਫੋਨ ਯਾਰ ਬਰਾੜ ਨੂੰ ਬਾਈ ਨਿਊ ਯਾਰ ਸਾਰੇ ਨਿਊ ਹੁੰਦੇ ਆ ਬਾਈ ਪੁਰਾਣਾ ਮੋਡ ਕਿਹੜਾ ਯਾਰ ਤੁਹਾਨੂੰ ਤਾਂ ਦੱਸ ਉਹ ਪੈਚ ਠੋਗਾ ਟਰੱਕ ਓਏ ਸਿਮਰ ਜੌਬ ਕਿੰਨੇ ਰੁਪਏ ਦੀ ਚੱਕੀ ਸੀ ਤੂੰ ਜੇ 70 ਖਾਏਗਾ ਗਾਇਸ ਜੇ 70 ਖਾਏਗਾ ਗਾਇਸ ਪਤਾ ਹੈ ਤੂੰ ਦਾਦਾ ਜੌਬ ਕਿੰਨੇ ਦੀ ਮੈਂ ਦੱਸਦਾ ਮੈਂ ਤੁਹਾਨੂੰ ਜੌਬ ਕਿੰਨੇ ਦੀ ਸੀ 1 ਮਿੰਟ ਰੱਖ ਯਾਰ ਸਵਾਦ ਹੀ ਨਾ ਹੁੰਦਾ ਯਾਰ ਬਾਜੀ ਬੰਦ ਹੋ ਗਈ ਓਏ ਨਹੀਂ ਤੂੰ ਚੱਕੀ ਜੌਬ ਹੈ 10000 ਦੀ ਤੇ 1,45,000 ਡਾਲਰ ਉਹ ਤੇ ਲਾਤਾ ਟਰੱਕ ਦੇ ਉਹ ਜੌਬ ਤੂੰ ਚੱਕੀ ਹੈ ਜਿਹੜੀ ਹਾਂ ਹੁਣ ਛੱਡ ਕੇ ਆਏ ਆ ਤੂੰ ਚੱਕੀ ਆ ਤੂੰ ਚੱਕੀ ਆਹ ਜਿਹੜੀ ਆ ਹੁਣ ਆ ਟ੍ਰੇਲਰ ਵਾਲੀ ਚੱਕੀ ਜਿਹੜੀ ਹੁਣ ਬਾਈ 8,000 ਰੁਪਏ ਆਉਂਦਾ ਮੇਰਾ ਵੀਰ 8,000 ਰੁਪਿਆ ਬਾਈ ਯਾਰ ਮੈਨੂੰ ਐਕਸਪੀ ਵਾਲਾ ਸਿਸਟਮ ਜਿਹਾ ਕਰਾ ਦਿਓ ਯਾਰ ਮੈਂ ਬਹੁਤ ਬੁਰੇ ਹਾਲ ਟਰੱਕ ਦੇ ਦੇ ਬਾਈ ਇੱਕ ਵਾਰ ਨਹੀਂ ਬਾਈ ਮਹੀਨੇ ਚ ਮਹੀਨੇ ਦਾ ਬਣ ਜਾਂਦਾ ਜੇ ਵਧੀਆ ਬੰਦਾ ਮਿਹਨਤ ਕਰਦਾ ਬਾਕੀ ਕਦੀ ਕਦੀ ਇਹ ਵੀਡੀਓ ਜ਼ਿਆਦਾ ਪਾ ਦਿੰਦਾ ਹੈ ਉਦੋਂ ਉਹ ਤੇਰੀ ਨੂੰ ਆ ਜਾਂਦਾ ਉਹ ਮੇਰਾ ਭਰਾ ਦਾ ਯਾਰ ਮਹੀਨੇ ਦਾ ਤੂੰ 8000 ਲਾ ਉੱਤਮ ਆਈ ਲੱਤ ਤੇ ਪੂਰੀ ਗੱਲ ਕਰਦੇ ਫਿਰ ਬਸ ਦੱਸ ਦੇ ਯਾਰ ਅੱਜ ਦੱਸ ਦੇ ਦਿਓ ਯਾਰ ਕੋਈ ਗੱਲ ਨਹੀਂ ਕਹਿੰਦਾ ਗਿੱਲ ਮੱਖੀ ਦੀ ਖਿੱਲ ਕੇ ਭਾਂਡਾ ਪਿੱਤਲ ਦਾ ਗਿੱਲਾਂ ਦਾ ਗੂ ਨਿਕਲਦਾ ਚੱਲ ਵੀ ਲਾਈਵ ਸਟ੍ਰੀਮ ਚੱਲ ਵੀ ਛੋਟੀ ਸਕਰੀਨ ਤੇ ਜਾਵੜੀ ਯਾਰ ਟਰੱਕ ਵਾਲੀ ਸਕਰੀਨ ਮੈਂ ਇਹਨੂੰ ਥੱਲੇ ਕਿਵੇਂ ਲੈ ਕੇ ਆਵਾਂ ਹੁਣ ਦੱਸੋ ਉਹਨੇ ਮੰਤਰ ਫੂਕ ਕੇ ਸੁਪਰ ਚੈਟ ਕੀਤੀ ਆ ਨਹੀਂ ਇਹ ਤਾਂ ਮਾਮੇ ਦੇ ਮੁੰਡੇ ਵਾਲਾ ਤੁਸੀਂ ਧੱਕਾ ਕਰਕੇ ਯਾਰ ਉੱਤਰ ਕੇ ਨਾ ਮਾਰ ਦੇ ਰਾਜੇ
ਉਹ ਮੈਂ ਤਾਂ ਬਾਈਂਡਡ ਕਰਦਾ ਉਹ ਮੈਂ ਨਹੀਂ ਖੇਡਦਾ ਇਹ ਅਗਲੀ ਲਾਉ ਗਈ ਮਤਲਬ ਅਗਲਾ ਲੋਡ ਚੱਕੋ ਗਈ ਮੈਨੂੰ ਫੇਰ ਉੱਥੇ ਠੋਕਿਆ ਇਹਨਾਂ ਨੇ ਯਾਰ ਪੁੱਠਾ ਕਿੱਥੇ ਉਹ 211 ਕਿਲੋਮੀਟਰ ਤੇ ਤੇ ਇਹਨੂੰ ਕਰਦੇ ਫਿਰ ਨਵਾਂ ਲਾ ਲਾ ਤਾਂ ਹੀ ਤਾਂ ਕਹਿੰਦਾ ਨਵੀਂ ਚੱਕੋ ਜਾਓ ਇਹਨੂੰ ਬਾਈਂਡਡ ਕਰ ਦਿਓ ਨਵੀਂ ਚੱਕ ਰੱਖੀ ਸੀ ਬਾਈਂਡਡ ਕਿੱਥੋਂ ਹੋਊਗੀ ਹੁਣ ਦੱਸਿਓ ਅਸੀਂ ਤਾਂ ਨਵੀਂ ਲਾਈ ਬੈਠੇ ਵੀਰ ਅੱਛਾ ਨਵੀਂ ਚੱਕੀ ਅਸੀਂ ਤੂੰ ਨਵੀਂ ਚੱਕ ਡਾਇਰੈਕਟ ਤੂੰ ਉੱਥੇ ਹੀ ਸਪਾਉਣ ਹੋਏਗਾ ਹਟ ਜਾ ਮੈਂ ਦੁਬਾਰੇ ਕਰਦਾ ਜਵਾਨ ਭਰਾ ਉਹ ਚੁਰਲੂ ਦਾਸ ਓਹਨੂੰ ਪਤਾ ਵੀ ਇਹ ਖੇਡਣ ਵਾਲੀ ਕੌਮ ਹੈ ਹੀ ਨੀ ਛੇਤੀ ਪਤਾ ਲੱਗ ਗਿਆ ਟਰੱਕ ਬੈਗ ਨਾ ਵੇਚ ਮੈਂ ਨਾਲ ਲਾ ਦੇ ਚਲੋ ਜੀ ਓਏ ਗਿੱਲ ਤੂੰ ਕਿੱਥੇ ਰਹਿ ਗਿਆ ਬਈ ਆ ਗਿਆ ਜਵਾਇਨ ਕਰ ਲਿਆ ਮੈਂ ਦੁਬਾਰੇ ਆ ਗਿਆ ਨਹੀਂ ਇੱਕ ਅੰਮ੍ਰਿਤ ਗਿੱਲ ਹੈ ਅੰਮ੍ਰਿਤ ਗਿੱਲ ਤੂੰ ਕਿੱਥੇ ਰਹਿ ਗਿਆ ਵੀਰ ਗੱਲ ਸਾਰੀਆਂ ਗੱਲਾਂ ਛੱਡ ਯਾਰ ਤੂੰ ਆ ਰੀਅਲ ਦੇਖ ਭੈਣ ਕੀ ਦੇਖ ਰੀਅਲ ਧਿਆਨ ਨਾਲ ਦੇਖੀ ਮੈਂ ਉਹਦੇ ਕੈਮਰਾ ਲਾ ਰੱਖਿਆ ਪੈੜੀਆਂ ਤੈਨੂੰ ਮੈਂ ਬਹੁਤ ਪੈੜੀਆਂ ਸੁਣਾਉਣੀਆਂ ਨੇ ਠੀਕ ਹੈ ਫਿਰ ਤੂੰ ਗੁੱਸਾ ਕਰੇਗਾ ਮੈਂ ਤੈਨੂੰ ਗੱਲ ਦੱਸ ਦਿੱਕ ਭਰਾਵਾ ਕੰਮ ਦੀ ਰੀਅਲ ਆ ਹੁਣ ਮੈਂ ਚੱਕਾਂ ਢਾਲੀ ਵਾਲੀ ਉਹ ਬਣਾ ਚੱਕ ਲਓ ਯਾਰ ਜਿਹੜੀ ਚੱਕਣੀ ਜਾਓ ਤੁਸੀਂ ਡਰਾਮੇ ਫੜੇ ਤੇ ਸਾਲੇ ਤਾਂ ਛੋਟੀ ਜੀ ਹੈ ਯਾਰ ਛੋਟੇ ਵਾਲੀ ਲਾਈ ਆ ਬਾਈ ਯਾਰ ਵੱਡੀ ਤਾਂ ਇੱਥੋਂ ਹੁੰਦੀ ਨੀ ਛੋਟੀ ਨੂੰ ਕਰਨਾ ਨੀ ਚਾਹੁੰਦਾ ਕਰੀਏ ਕੀ ਅਸੀਂ ਉਹ ਮੈਂ ਤਾਂ ਵੈਸੇ ਜਰਨਲ ਨੌਲੇਜ ਵਾਲੀ ਗੱਲ ਕੀਤੀ ਜਰਨਲ ਨੌਲੇਜ ਨੂੰ ਗਾਹ ਹਿਸਟਰੀ ਦਾ ਸਵਾਲ ਆ ਇਹ ਅਯੋ ਹਾਈ ਓਏ ਰੱਬਾ ਹਾਈ ਓਏ ਰੱਬਾ ਯਾਰ ਹੁਣ ਮੇਰਾ ਫੇਰ ਟਰੱਕ ਨਹੀਂ ਆਵਾਜ਼ ਕਰਦਾ ਯਾਰ ਯਾਰ ਹੁਣ ਤੇਰਾ ਟਰੱਕ ਹੀ ਇਦਾਂ ਦਾ ਵਿਚਾਰਾ ਹੜ ਜਾ ਮੈਂ ਕੁੜਾ ਜਾ ਇਹਨੂੰ ਰਿਪੇਅਰ ਕਰਾਉਣਾ ਦੁਬਾਰੇ ਹਾਂ ਖੜੇ ਆ ਇੱਥੇ ਲਾ ਕੇ ਟਰੱਕ ਉਹਦਾ ਜੌਬ ਕਰਨ ਦਾ ਵੀ ਸਵਾਲ ਨਹੀਂ ਉਹਦਾ ਐਡੇ ਐਡੇ ਦੂਜੀ ਜੌਬ ਚੱਕ ਲਈਏ ਕਿਹਦੀ ਸਿਮਰ ਜਰਨ ਉਹ ਨਾ ਉਹ ਹੋ ਗਿਆ ਆਵਾਜ਼ ਉਹਨੂੰ ਹਟ ਗਈ ਮੈਨੂੰ ਟਰੱਕ ਦੀ ਬਈ ਉਹ ਯਾਰ ਨਹੀਂ ਉਹਦੀ ਵਧੀਆ ਗੱਲ ਹੈ ਕਹਿੰਦੇ ਮੈਂ ਟੈਸਲਾ ਦਾ ਲੈਤਾ ਟਰੱਕ ਹੱਥ ਦੋਗੇ ਉਹ ਸਟਾਰਟ ਵੀ ਨਹੀਂ ਹੁੰਦਾ ਟੈਸਲਾ ਟਰੱਕ ਬੱਲੀ ਤੂੰ ਕਿਹਾ ਕਰ ਫਿਰ ਯਾਰ ਉਹ ਅਬੈਂਡਨ ਕਰ ਦੇ ਦੋਈ ਚੱਕ ਲੈ ਯਾਰ ਕੀ ਗੱਲ ਓਏ ਅਬੈਂਡਨ ਦਾ ਹੋ ਗਈ ਉਸਤਾਦ ਇਹ ਭੈਣ ਦਾ ਵੀਰ ਟਰੱਕ ਖਰਾਬ ਹੋ ਗਿਆ ਮੇਰੇ ਹਿਸਾਬ ਨਾਲ ਤਾਂ F7 ਦੱਬ ਦੇ ਤੂੰ ਕਹਿ ਨਾ ਕਿ ਟੈਸਲਾ ਟਰੱਕ ਬੱਲੀ
ਉਹ ਟੈਸਲਾ ਟਰੱਕ ਤਾਂ ਕਹਿਦਾ ਮੈਂ, ਟਰੱਕ ਤੁਰੇ ਤਾਂ ਸਹੀ, ਟਰੱਕ ਤੁਰ ਨਹੀਂ ਰਿਹਾ, ਸਟੀਅਰਿੰਗ ਉਹ ਕੀ ਜਾਂਦਾ, ਸਟਾਰਟ ਹੀ ਨਹੀਂ ਹੁੰਦਾ ਪਿਆ, ਐਕਸਲੇਟਰ ਨੱਪੀ ਜਾਂਦਾ ਲੈ ਉਹ ਤਾਂ ਯਾਰ। ਲਾਈਵ ਹੈਗੇ ਤਾਂ ਲਾਈਵ ਨਾਂ ਦੀ ਚੀਜ਼ ਹੁੰਦੀ ਹੈ ਤੈਨੂੰ? ਹਾਂ ਲਾਈਵ ਕਰੀ ਬੈਠਾ ਮੈਂ, ਕਰੇਗਾ ਯੂਟਿਊਬ ਤੇ ਛੱਡ, ਤੂੰ ਇੱਥੇ ਡਿਸਕਾਊਂਟ ਤੇ ਕਰ, ਯੂਟਿਊਬ ਤੇ ਕਿਤੇ ਮੈਂ ਲਾਈਵ ਕਹਿੰਦਾ ਟਰੱਕ ਵਿੱਚ ਕਿ ਟੈਂਪੂ ਲੜਾ ਮੈਂ ਚ, ਠੀਕ ਹੈ ਓਏ ਤੂੰ ਐ ਕਰਨਾ ਓਏ। ਹਾਂ ਜਦੋਂ ਤੂੰ ਮੈਨੂੰ ਟਰੱਕ ਨਹੀਂ ਉਹ ਕੀ ਹੁੰਦਾ ਟਰੈਕਟਰ ਨਹੀਂ ਬਣਾ ਕੇ ਦਊਗਾ ਨਾ ਤੇ ਮੈਂ ਇਦਾਂ ਕਰੇਗਾ ਨਾ ਦੇਖੀ, ਠੀਕ ਹੈ ਗੱਲ ਇਹਨੂੰ ਕਰ ਅਮੈਂਡਲ ਕਰ ਦੇ ਜੋਬ ਨੂੰ, ਜਿੱਥੇ ਤੂੰ ਸੇਮ ਜੋਬ ਕਰੇਗਾ ਨਾ ਉੱਥੇ ਲਿਖਾ ਵੀ ਤੂੰ ਓਨ ਟਰੱਕ ਲੈਣਾ ਕਿ ਉਹਨਾਂ ਦਾ ਲੈਣਾ, ਉੱਥੇ ਨਾ ਉਹਨਾਂ ਦਾ ਕਰ ਦੇ, ਠੀਕ ਹੈ ਨਾ ਤੈਨੂੰ ਟਰੱਕ ਵਧੀਆ ਦੇਣਗੇ ਉਹ। ਮੈਂ ਟੇਕ ਜੋਬ ਤਾਂ ਕਰਤੀ, ਦੁਬਾਰੇ ਕਰ ਜਾ ਅਮੈਂਡਲ ਕਰ ਦੇਣਾ, ਚੱਲ ਮੈਂ ਦੁਬਾਰੇ ਅਮੈਂਡਲ ਕਰ, ਅਮੈਂਡਲ ਕਰਕੇ ਨਾ ਜੋਬ ਉਹ ਮੀਂਹ ਪੈਣ ਲਾ ਕੇ ਓਏ ਮੇਰੇ ਟਰੱਕ ਦਾ ਰੰਗ ਲੈ ਜੂ, ਥਾਪੜੇ ਨੀ ਪੈਂਦੇ ਇੱਕ ਦੂਜੇ ਦੇ, ਨਹੀਂ ਉੱਤਰ ਕੇ ਕੁੱਟਿਆ ਕਰੀਏ ਆਪਾਂ, ਸਿੱਧੀ ਜੀ ਗੱਲ ਦੱਸਦੇ ਆ ਆਡੀਓ ਚ ਆਉਣਾ, ਆਡੀਓ ਮੈਂ ਡਿਫਾਲਟ ਕਰਤੀਆਂ ਇੱਥੋਂ ਲੈ ਸਾਰੇ ਬਹਿਵਤੀ ਇੱਥੇ ਜਿੰਨੇ ਹੈਗੇ ਨੇ, ਉਹ ਭੈਣ ਦੀ ਟੈਸਲਾ ਹੀ ਬਣ ਗਿਆ, ਸਹੀ ਗੱਲ ਹੋ ਗਈ ਓਏ, ਉਹ ਕਿੱਧਰ ਨੂੰ ਜਾਣਾ ਓਏ, ਬ੍ਰੇਕ ਲਾ ਹਜੇ ਨਾ ਚੱਲੋ ਪਰ ਮੇਰਾ ਟਰੱਕ ਹੌਲੀ ਖੜ ਜਾ, ਪਹਿਲਾਂ ਭੇਜ ਦੋ ਯਾਰ ਮੂਰੇ ਖੜੇ ਆ ਸੀ, ਆਪਾਂ ਚਾਹ ਪਾਣੀ ਪੀਂਦੇ ਇਹਨੂੰ ਤੋਰੋ ਯਾਰ, ਰਸ਼ ਕਿੱਦਾਂ ਹੋ ਗਿਆ ਮੇਰੇ ਆਸੇ ਪਾਸੇ, ਘੇਰਾ ਕਿੱਦਾਂ ਪੈ ਗਿਆ ਇਹਨੂੰ ਤੋਰੋ ਵਿੱਚ ਕਹਿੰਦਾ। ਬਾਹਰ ਮਾਰਨਾ ਫਿਰ ਅਮਰਿਤ ਨੇ ਕਹਿਣਾ ਬਾਈ ਯਾਰ ਮੈਂ ਸੀ, ਹੱਦ ਹੋ ਗਈ, ਮਾਰ ਨਹੀਂ ਸਕਦਾ ਮੈਂ ਕੌਣ ਮੈਂ ਬਣਾਇਆ,
ਚਲੋ ਬਾਈ ਓਏ ਆ ਗਿਆ ਓਏ ਮੈਨੂੰ ਟਰੱਕ ਦੇ ਲੱਗ ਪਏ ਤੁਹਾਡੇ ਇਹ 10 ਗੇਰੀ ਅੱਗੇ ਪਿੱਛੇ ਕਿਹੜਾ ਤੇਰੇ ਓਏ ਆ ਗਿਆ ਅਗਲਾ ਉਹ ਚੱਲੀਏ ਹੁਣ ਹਟ ਜਾ ਹਜੇ ਜਲੇ ਤੁਸੀਂ ਮੈਨੂੰ ਗਾਂ ਟੱਪ ਜਾਂਦੇ ਤੇਰੀ ਆ ਗਿਆ ਅੱਗੇ ਲਾ ਟੱਪ ਜਾਣ ਦੇ ਨੂੰ ਟੱਪ ਜਾਣ ਦੇ ਆ ਜਾਂਦਾ ਮੈਨੂੰ ਮੇਰੀ ਆਵਾਜ਼ ਆਉਂਦੀ ਟਰੱਕ ਦੀ ਹਾਰਨ ਦੀ ਆਉਂਦੀ ਹਾਰਨ ਦੀ ਆਵਾਜ਼ ਆਉਂਦੀ ਤੋਰੀਏ ਆ ਜਾ ਯਾਰ ਇਹ ਤਾਂ ਸੌਤ ਹੀ ਜਾਂਦਾ ਮੇਰੇ ਵਾਲਾ ਤੁਸੀਂ ਤਾਂ ਪਹਿਲਾਂ ਟੱਪ ਜਾਓ ਮੇਰੇ ਤੋਂ ਉਹ ਸਿਮਰ ਦੇਖ ਪਤਾ ਨਹੀਂ ਕਿਹੜਾ ਇਹਨੇ ਦਾਈ ਤੇ ਹੱਥ ਲਾਣਾ ਉੱਥੇ ਜਾ ਕੇ ਹੌਲੀ 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 ਦੋ ਪਰਸੈਂਟ ਤੇ ਹੋ ਗਿਆ ਆਹ ਕਿਹੜਾ ਯਾਰ ਉਹ ਵਾਈਪਰ ਤੇ ਕਰ ਦੋ ਓਏ ਓਏ ਪਾਣੀ ਬੜਾ ਛੜਕਦੇ ਓਏ ਤਲਕਦਾ ਤਲਕਦਾ ਓਏ ਟਰੱਕ ਪਾਣੀ ਬੜਾ ਛੜਕਦੇ ਮੀਂਹ ਪੈ ਗਿਆ ਹਟਿਆ ਨਾ ਤਿਲਕ ਬਣ ਗਿਆ ਭੈਣ ਚ ਕਿਤੇ ਤਿਲਕ ਕਿ ਡਿੱਗ ਨਹੀਂ ਗਿਆ ਓਏ ਤੇਰੀ ਓਏ ਤੂੰ ਗਾਲ ਤੇ ਜਿਹੜੀ ਸਿਖਾਈ ਉਹ ਕੱਢਣੀ ਤੂੰ ਜੇ ਤੂੰ ਹੁਣ ਬੋਲਣਾ ਤੈਨੂੰ ਮੈਂ ਸਾਮੂਹਿਕ ਕਿੱਕ ਕਰੂ ਮੈਂ ਤੂੰ ਗੱਲ ਦੱਸਦੀ ਸਰਵਰ ਚ ਮੂਹਿਕ ਤੂੰ ਕਿੱਕ ਨਹੀਂ ਕਰ ਸਕਦਾ ਕਿਉਂਕਿ ਬਣਾਇਆ ਮੈਂ ਯਾਰ ਅੱਜ ਨਾ ਆਹ ਗੱਲ ਹੋ ਗਈ ਜਨਤਾ ਸਾਹਮਣੇ ਕੱਲ ਤੋਂ ਤਾਲੀ ਵਾਲਾ ਆਪਦੀ ਸਲਤਨਤ ਬਣਾਊਗਾ ਆਪਦੀ ਸਲਤਨਤ ਹੁਣ ਬੰਦੇ ਦੇਖੋ ਵੀ ਜਿਹੜੇ ਮੇਰੇ ਨਾਲ ਹੈ ਓਏ ਆ ਕਿਹੜਾ ਯਾਰ ਪੂਰੇ ਤੋਰ ਲਿਆ 100 ਅੰਮ੍ਰਿਤਾ ਤੂੰ ਹੀ ਕਹਿੰਦਾ ਸਾਰਿਆਂ ਨੂੰ ਮੂਰੇ 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 ਟੈਂਡਾ 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 ਨਾ ਨਾ ਟੈਂ ਟੈਂ ਓਏ ਯਾਰ ਕਿਹੜਾ ਬਾਈ ਓਏ ਟੈਂ 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 ਉਲਟਾ ਤਾ ਯਾਰ ਟਰੱਕ ਓਏ ਯਾਰ ਆ ਨਾ ਯਾਰ ਉਲਟਾ ਹੋਣਾ ਯਾਰ ਨਹੀਂ ਆਉਂਦਾ ਗੇਲਣ ਜੇ ਚ ਹੈਗਾ ਮੈਂ ਤਾਂ 100 ਤੇ ਆ 100 ਕਿਲੋਮੀਟਰ ਪਰ ਆਰ ਤੇ ਆ ਮੈਂ ਤਾਂ ਬਹੁਤ ਹੌਲੀ ਆ ਮੈਂ ਤੈਨੂੰ ਦੱਸਾਂ ਗੇਮ ਦੀ ਆਵਾਜ਼ ਨਹੀਂ ਹੁੰਦੀ ਉਹ ਗੱਲ ਬੱਕੀ ਆ ਹਜੂਰ ਦੀ ਆਵਾਜ਼ ਨਹੀਂ ਆ ਪਾਇਲਟ ਐਂਡ ਚ ਪਤਾ ਨਹੀਂ ਲੱਗਦਾ ਕੀ ਕਹਿ ਰਿਹਾ ਏ ਤੂੰ ਦੇਖੀ ਚੱਲ ਮੈਂ ਉਹਨੇ ਦਾ 100 ਤੇਰਾ ਗੁੱਸਾ ਹੁਣ ਜਿਹੜਾ ਸਿਮਰ ਤੇ ਨਿਕਲਣਾ ਨਾ ਉਹ ਤੂੰ ਜਾ ਸਿਮਰ ਤੇ ਤੂੰ ਲੱਗ ਨਹੀਂ ਆਉਂਦਾ ਲੱਗੀ ਸ਼ਰਤ ਲੱਗੀ ਸ਼ਰਤ ਤਾਂ ਲੱਗੀ ਫਿਰ ਸ਼ਰਤ ਸ਼ਰਤ ਕੀ ਵੀ ਦੱਸ ਦੋ ਤੇਰੇ ਥਾਪੜੇ ਪੈਣੇ ਆ ਪਹਿਲਾਂ ਵਗ ਗਿਆ ਮੈਂ ਵਗ ਗਿਆ ਭੈਣ ਚੋ ਲਸਨ ਹੋ ਗਿਆ ਭੈਣ ਚੋ ਮੈਂ ਅੱਗੇ ਡਿਵਾਈਡਰ ਸੀਗਾ ਹੋ ਗਿਆ ਤਾਂ ਵੈਰੀ ਗੁੱਡ ਮੈਟ ਕੱਟ ਐਡਾ ਖਤਰਨਾਕ ਮਾਰਿਆ ਮੈਨੂੰ ਵੀ ਇੱਕੇ ਦਾ ਵੀ ਦਿਖਿਆ ਸੀਗਾ ਵੀ ਭੈਣ ਚੋ ਡਿਵਾਈਡਰ ਆ ਗਿਆ ਵਾਓ ਦੂਜੇ ਬਰਬਾਦ ਤੇ ਆ ਉਹ ਪੁਲਿਸ ਵਾਲਾ ਖੜਾ ਸੀ ਮਾਮਾ ਓਏ ਹੈਲੋ ਕਹਿ ਗਿਆ ਜਦ ਚੱਪੀ ਪਾਇਆ ਪਾਰ ਹੀ ਕਰਿਆ ਨਹੀਂ ਚੁਮੇਸ਼ਵਰੀ ਓ ਓ ਬਚ ਗਏ ਬਚ ਗਏ ਬਚ ਗਏ ਪੂਰੇ ਸਭ ਤੋਂ ਗਿੱਲ ਵਾਈਟ ਹੀ ਕਹਿੰਦੇ ਅੱਜ ਨੰਬਰ ਲੈ ਗਿਆ ਮੇਰਾ ਵੀਰ ਪੈਸੇ ਡਿੱਗੇ ਤੇਰੇ ਇੱਧਰ ਮਗਰ ਪੈਸੇ ਡਿੱਗੇ ਚੱਕ ਲਈ ਭਾਨ ਭਾਨ ਭਾਣੀ ਐ ਪੈ ਪੈ ਗਿੱਲੋ ਤੇਰਾ ਟ੍ਰੇਲਰ ਤਾਂ ਲੰਘ ਗਿਆ ਉੱਥੋਂ ਗਿੱਲੋ ਤੇਰਾ ਟ੍ਰੇਲਰ ਟ੍ਰੇਲਰ ਟੁੱਟ ਰਿਹਾ ਗਿੱਲ ਟ੍ਰੇਲਰ ਮਗਰ ਮੈਨੂੰ ਤਾਂ ਪਤਾ ਹੀ ਲੱਗਦਾ ਕੀ ਕਰ ਰਿਹਾ ਹੈ ਕੋਈ ਆਵਾਜ਼ ਨਹੀਂ ਆਉਂਦੀ ਮੈਨੂੰ ਉਹ ਤੇਰਾ ਟ੍ਰੇਲਰ ਪਿੱਛੇ ਰਹਿ ਗਿਆ ਥਾ ਲਿਆ ਤੂੰ ਕੱਲਾ ਖਾ ਲਈ ਫਿਰਦਾ ਮੈਨੂੰ ਆਵਾਜ਼ ਹੀ ਨਹੀਂ ਆਉਂਦੀ ਪਾ ਲਓ ਯਾ ਟਰੱਕ ਤੁਸੀਂ ਇਹਦਾ ਹੈਗਾ ਬਈ ਹੈਗਾ
ਮੈਨੂੰ ਤਾਂ ਹਲੀ ਆਵਾਜ਼ ਹੀ ਨਹੀਂ ਆਉਂਦੀ, ਮੈਨੂੰ ਕੁਝ ਨਹੀਂ ਪਤਾ ਲੱਗਦਾ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ। ਹੈਡਫੋਨ ਖਰਾਬ ਹੋ ਗਿਆ ਮੇਰੇ। ਸਤਾਨਵੇਂ ਮਾਈਲ ਹੀ ਰਹਿ ਗਏ ਨਾ, ਬੜੀ ਛੋਟੀ ਸੀ ਇਹ। ਵਧੀਆ ਛੇਤੀ ਨਿਬੜਿਆ, ਪਹਿਲਾਂ ਤਾਂ ਨਿਬੜਿਆ ਨਹੀਂ ਸੀ ਮੇਰੇ ਤੋਂ। ਨੇੜੇ ਨੇੜੇ ਆ ਵਧੀਆ, ਜੇ ਲੰਬੀ ਚੱਕ ਲੈਣੇ ਨਾ ਉਹ ਕੰਮ ਖਰਾਬ ਹੋ ਜਾਂਦਾ। ਤਾਲੀਆਂ ਲੰਬੇ ਲੰਬੇ ਲੈਂਦੇ ਤਾਂ ਕਰਕੇ ਮਜ਼ਾ ਨਹੀਂ ਆਉਂਦਾ। ਮੈਂ ਕਿਹਾ ਬਕਵਾਸ ਤੇ ਜਵਾਨ ਕੰਟਰੋਲ ਚ ਰੱਖ। ਓਹ ਭਰਾਵਾ ਤੇਰੀ ਕੱਲੀ ਕੱਲੀ ਲਾਈਕ ਮਾਰ ਦੋ ਮਿੱਤਰੋ, ਤੇਰੀ 10 ਲਾਈਕ ਕਰ ਦੋ। ਤੇਰੀ ਕੱਲੀ ਕੱਲੀ ਤੇਰੀ ਕੱਲੀ ਕੱਲੀ ਮੂਵਮੈਂਟ ਨਾ ਉਹ ਰਿਕਾਰਡ ਹੋ ਰਹੀ ਹੈ ਤੇ ਇਹੀ ਤੇਰੀ ਕੁੱਟ ਪਵਾਉਗੀ। ਗੱਲ ਪੱਕੀ ਹੈ, ਲੱਗ ਗਿਆ ਬੋਕ ਜਿਹਾ ਸਾਲਾ। ਓਹੋ ਗਲਤ ਹੋ ਗਿਆ ਇਹ ਤਾਂ ਹੈ। ਉਹ ਗੁਬਾਰੇ ਜਿਹੜਾ ਲੱਗ ਗਏ ਸੜਕਾਂ ਤੇ, ਗੁਬਾਰੇ ਨਹੀਂ ਹੁੰਦੇ ਇਹ, ਪੰਡਾ ਹੁੰਦੀਆਂ ਤੇਰੇ ਵਰਗੀਆਂ ਦੀਆਂ, ਐ ਰੁੜਦੇ ਤੇਰੇ ਵਰਗੇ ਬਾਅਦ ਚ। ਇਹ ਉੱਡ ਕਿਉਂ ਰਹੀ ਲਫਾਫੇ? ਇਹ ਇਹ ਤੇਰੇ ਵਰਗੇ ਲਫਾਫੇ ਐ। ਹਾਂ ਅੱਜ ਹੀ ਉਹਦਾ ਪੰਪ ਆ ਗਿਆ ਤੇਲ ਪਵਾਲੇ ਹੋ ਗਏ ਨੇ ਪਾਣਾ ਤਾਂ। ਉਹ ਅੱਗੇ ਪੁਲਿਸ ਵਾਲਾ, ਉਹ ਪੁਲਿਸ ਵਾਲਾ ਜੱਕ ਤਾਂ ਮੈਂ ਪੁੱਠਾ ਕਰਦਾ, ਪੁਲਿਸ ਵਾਲਾ ਧਿਆਨ ਨਾ ਉਹ ਪਿੱਛੇ ਲੈ ਜੀ ਹਸਪਤਾਲ। ਓਏ ਮੈਂ ਡਰਾਈਵਰ ਰੱਖਿਆ ਪਤਾ ਕਿੰਨੇ ਰੁਪਏ ਦੀ ਜੌਬ ਕਰਕੇ 305 ਯੂਰੋ ਦੀ ਤੇਰਾ। ਉਹ ਮੈਂ ਚਾਹ ਦੇਖੋ ਗਾਂ ਸੜਕ ਬੜੀ ਘੈਂਟ ਆਊਗੀ, ਜੰਪ ਦੇਖਿਓ ਮਾਰਦਾ ਤੁਹਾਡਾ ਟਰੱਕ ਆ ਕੇ। ਮੈਂ ਮਾਰਦਾ ਖੜ ਜਾ ਜਿਹਦਾ ਟਰੱਕ ਤੇਜ਼ ਵਾਲਾ ਹੋਊਗਾ, ਉਹ ਦੇਖਿਓ ਕਿਵੇਂ ਕਰਦਾ। ਕੀਤਾ ਨਹੀਂ ਕੁਛ ਯਾਰ, ਆਊਗੀ ਇਹ ਤਾਂ ਪੰਪ ਤੋਂ ਗਾਂ ਆਊਗੀ, ਇਹ ਪੰਪ ਟੱਪ ਜਾਂਦੂ ਗਾਂ ਆਊਗੀ। ਅਸੀਂ ਖਤਮ ਵੀ ਕਰਨ ਲੱਗਿਆ ਚਿੱਕੂ ਦੇਖ ਜੂ ਉਹ। ਹਾਂ ਓਏ ਓਏ ਉਹ ਜੰਪ ਵੱਜਿਆ ਹਵਾ 'ਚ, ਵਾਹ ਬਹੁਤ ਘੈਂਟ ਜੀ ਹੋਊਗੀ, ਦੇਖੀ ਜਾਇਓ ਤੁਸੀਂ। ਹੋਊਗੀ ਨਹੀਂ ਹੋ ਗਈ, ਪਲਟ ਚੱਲਾ ਸੀ ਟਰੱਕ, ਹੋ ਗਈ ਕਹਿੰਦਾ ਗੱਡੀ ਦੀ ਲਾਈਨ ਆਊਟ ਆਫ ਕੰਟਰੋਲ ਹੋ ਜਾਂਦਾ। ਗੱਡੀ ਦੀ ਲਾਈਨ ਆ ਨਾ ਇੱਥੇ ਤਾਂ ਹੋਊਗਾ ਸ਼ਾਇਦ। ਕਾਨੂੰ ਕੁਛ ਨਹੀਂਗਾ, ਉਹੀ ਆ ਟਿੱਬੇ 'ਚ। ਓਏ ਉਸ ਲਫਾਫੇ ਜਾਂਦੇ ਸਿਮਰੋਰੀ ਓਏ, ਆ ਮੂਰੇ ਆ ਭੱਜ ਗਏ ਇਹ। ਸਿਮਰੋਰੀ ਚੱਕ ਲੈ ਚੱਕ ਲੈ, ਤੇਰੇ ਗਾਂ ਲੰਗਰ ਲੱਗਾ ਤੇਰੇ ਕੰਮ ਆਊ। ਸਿਮਰੋਰੀ ਕਹਿੰਦਾ ਸਿਮਰ ਹੁਣ ਪਲਟੂਗਾ ਮੋੜ ਤੇ, ਸਿਮਰ ਗਿਆ ਤੂੰ ਹੁਣ ਹੀ ਬੱਜਦਾ ਹਜੂਰ ਗਿਆ। ਮੈਂ ਟਰੱਕ ਹਜੂਰ ਆ ਹਜੂਰ ਕਰੀ ਕੀ ਜਾਂਦਾ ਓਏ ਬਤਵੀਜ। ਓ ਗਿਰਲ ਨੂੰ ਇਹ ਨਹੀਂ ਪਤਾ ਸਟੇਰਿੰਗ ਮੇਰੇ ਕੋਲ ਵੀ ਹੈ, ਮੈਂ ਤਾਂ ਘਾਤਾ ਫਿਰ ਪਲਟਾਤਾ ਤੂੰ, ਬਚ ਗਿਆ ਬਚ ਗਿਆ ਹਜੂਰ। ਕੀ ਬਤਵੀਜੀ ਸੀ ਆਹ, ਗੱਡੀ ਪੁੱਠੀ ਕਰੀ ਬੇਟਾ ਮੈਂ ਮਈ ਕਰਕੇ ਗਿਆ, ਬਚ ਗਿਆ ਮੈਂ, ਮਰਵਾ ਦੇਣਾ ਸੀ ਮਈ ਕਰਕੇ ਗਿਆ। ਆ ਗਿਆ ਕੇ ਨੇੜੇ ਆ ਗਿਆ ਤਾਂ ਬਾਈ, ਪਤਾ ਕਿੰਨੇ ਖਤਰਨਾਕ ਕੱਟ ਮਾਰੇ ਤਾਂ ਇਹ ਨਹੀਂ ਲੱਗ ਗਿਆ। ਓਏ 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 ਸਹੀ ਆ ਉਹ ਗੱਲ, ਹੈ ਕਿਹੜਾ ਬਾਤ ਹੈ, ਕਿਆ ਬਾਤ ਹੈ, ਕਹਿਣ ਦੀ ਨਾ ਸਵਾਲ ਯਾਦਗਾਰ ਲਈ ਸਾਂਭ ਕੇ ਰੱਖ ਲਈ ਇੰਨੀ ਜਗ੍ਹਾ, ਤੂੰ ਬ੍ਰੇਕ ਨੀ ਲੱਗਦੇ ਲੱਗ ਗਏ ਯਾਰ ਮੇਰੇ ਮੋਰੇ ਨਾ। ਹਰ ਵਾਰੀ ਭੈਣ ਚੋ ਟਰੱਕ ਆ ਜਾਂਦਾ ਗੰਦਾ ਜਿਹਾ, ਇਹਦੀ ਬਹਿਣ ਮੈਂ ਤੈਨੂੰ ਕੀ ਕਿਹਾ, ਓਏ ਮੈਂ ਤੈਨੂੰ ਕੀ ਕਿਹਾ ਅੱਜ ਵੀ ਗਾਲ ਨਹੀਂ ਆਟੋ ਕਿਆ ਆਟੋ ਕਿਹਾ ਬੰਦ ਕੀਤੇ ਤੇ ਮੈਨੂੰ ਟੋਕਦਾ ਟਰੱਕ ਟੋਕਦਾ ਤੇ ਮਰ ਰੇ ਉਹ ਦੋ ਯਾਰ ਹੋਰ ਟਰੱਕ ਆ ਗਿਆ ਮੋਰੇ ਉਹਨੂੰ ਖੜਾ ਦੇਖੀ ਜਾਂਦੇ ਮੇਰੇ ਵੱਲ। ਓਹੋ ਇਹਨੂੰ ਫੜ ਚਾਚਾ ਯਾਰ, ਚਾਚਾ ਕੀ ਕਰੇ ਚਾਚਾ ਦਾ ਲਾ ਜਾ ਚਾਚਾ ਟਰੱਕ ਫਸ ਗਿਆ ਭੈਣ ਚੋ ਨਿਰਮਾਨ ਪੱਟੀ ਚਾਚਾ ਚਾਚਾ ਉਹ ਵੀ ਦੇਵੇ ਓਏ
ਓਏ ਫੈਮਿਲੀ ਫ੍ਰੈਂਡਲੀ, ਫੈਮਿਲੀ ਫ੍ਰੈਂਡਲੀ। ਉਹ ਆਇਆ ਨਹੀਂ ਚਾਚਾ ਵਾਲਾ। ਓਏ 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 ਤੈਨੂੰ ਦੱਸਦਾ ਸਾਰੇ ਲਾਈਵ ਦੀ ਭਰੀ ਸਵਾ ਦੱਸਦਾ। ਨਹੀਂ ਯਾਰ ਇਹਦੀ ਬੇਇੱਜ਼ਤੀ ਹੋ ਜਾਊਗੀ, ਚੱਲ ਦੱਸ ਹੀ ਦਿੰਨੇ ਆ। ਮੇਰੀ ਬੇਇੱਜ਼ਤੀ ਕਾਦੀ ਆ? ਇਹ ਡਿਲੀਵਰੀ ਕਰਨ ਗਿਆ ਉਹ ਵਾਲੀ ਗੱਲ। ਹੈਂ ਡਿਲੀਵਰੀ ਕਰਨ ਗਿਆ ਉੱਥੇ ਅੱਗੇ ਗੋਰੀ ਕਹਿੰਦੀ ਕਹਿੰਦੀ ਇਹ ਧਾਲੀਵਾਲ ਚਾਚਾ ਵਾ, ਇਹ ਸੀਗਾ ਮੈਨੂੰ ਲੱਗਿਆ ਨੀ ਵੀ ਉਹ ਆਏ ਕਹਿੰਦਾ ਕੰਪਨੀ ਦਾ ਫੋਨ ਆ। ਹੈਂ ਜਿਹੜੀਆਂ ਇੱਥੇ ਨਾ ਗੰਦ ਪਾ ਕੇ ਗਏ ਹੋ ਨਾ ਤੁਸੀਂ, ਇਹ ਗਲਤ ਗੱਲ ਆ ਤੁਹਾਡੇ ਲਈ ਮੋੜ ਤੇ। ਉਹ ਪਾ ਕੇ ਗਿਆ ਠੀਕ ਹੈ ਬਾਂਗੜੂ ਜਿਹੜੇ ਮੁੰਡੇ ਦੂਜੇ ਕੰਮ ਕਰਦੇ ਮੈਂ ਪਤਾ ਪਤਾ ਕਰਕੇ ਮੈਂ ਪਹੁੰਚ ਗਿਆ ਨਾ। ਮੈਨੂੰ ਕਿਹਾ ਮੈਂ ਤੈਨੂੰ ਫੋਨ ਕੀਤੇ ਸੀ, ਮੈਨੂੰ ਫੋਨ ਦਿਖਾਇਆ ਨਾ ਮੈਨੂੰ, ਉਹ ਤੇ ਲਿਖਿਆ ਧਾਲੀਵਾਲ ਚਾਚਾ, ਧਾਲੀਵਾਲ ਗੇਮਿੰਗ ਚਾਚਾ, ਧਾਲੀਵਾਲ ਗੇਮਿੰਗ ਚਾਚਾ। ਧਾਲੀਵਾਲ ਚਾਚਾ ਆਈ ਜਾਵੇ ਸਾਲਾ, ਧਾਲੀਵਾਲ ਚਾਚਾ। ਹੋਰ ਯਾਰ ਲੈ ਵੀ ਮਤਲਬ ਆਪਾਂ ਪਹੁੰਚ ਗਏ, ਬਹੁਤ ਵੱਡੀ ਆਪਣੇ ਕੋਲੇ ਉਹ ਹੈ ਮਤਲਬ ਟ੍ਰੇਲਰ ਰਹੀ ਬੰਦੇ ਨੂੰ ਗਿਆ ਤੀਜਾ ਸੰਦ ਇਹ ਵੀ ਆ ਫਿਰ ਲੈ ਬੈਕ ਕਰਕੇ ਲਾ ਦਈਏ ਤਾਂ ਕਰਕੇ ਅੰਗਰੇਜ਼ੀ ਮਾਰਦਾ ਪੈਂਦੇ ਕੁਛ ਨੀ ਹੋਇਆ ਬਾਈ ਯਾਰ, ਤੂੰ ਇੱਕ ਮਿੰਟ ਟੈਨਸ਼ਨ ਨਾ ਲੈ, ਖੜ ਜਾ ਪਹਿਲਾਂ ਮੈਨੂੰ ਫੋਨ ਕਰਨ ਦੇ। ਲੈ ਵੀ ਤਾਂ ਯਾਰ ਐਫਐਸ 3 ਨਹੀਂ ਖੇਡਦੇ ਆਪਾਂ, ਐਫਐਸ 22 ਖੇਡਦੇ ਹਾਂ। ਹੈਲੋ ਤੇਰੇ ਕਹੇ ਬੋਲ ਪਗਾਤੇ ਆਪਾਂ ਬੈਗ ਲਾਤਾ। ਓਏ ਹੂ ਮੀ ਕੰਸਰਨ ਵਾਲਾ ਪੇਪਰ ਲੈ ਕੇ ਆ ਕਾਲਜ ਜਾ ਕੇ। ਗੱਲ ਮੈਂ ਤਾਂ ਗੁੰਮ ਗਿਆ, ਨੰਗਣਾ ਕਿੱਥੋਂ ਬਾਹਰ ਆਉ ਹੁੰਦਾ ਇੱਕ ਪੇਪਰ ਜਾ। ਬਸ ਤੂੰ ਗੁੰਮੇ ਹੀ ਰਹਿ, ਉਹ ਤੇਰੇ ਕਾਲਜ ਮਿਲੂਗਾ ਤੇ ਉਹ ਲੈ ਕੇ ਆ, ਤੇ ਇੱਕ ਨਾ ਰੋਨਾਲਡੋ ਨੂੰ ਫੋਨ ਕਰ ਲੈ। ਰੋਨਾਲਡੋ ਗੱਲ ਕਰ ਲਾ ਵੀ ਕਿਹੜੀ ਕਿਹੜੀ ਚੀਜ਼ ਚਾਹੀਦੀ ਦਿਖਾਵਾ ਲਾਈਵ ਦੇ ਵਿੱਚ ਨੰਬਰ
ਉਹ ਭੈਣ ਚ ਭੈਣ ਸਿੱਧੀ ਰੋਨਾਲਡੋ ਨਾਲ ਗੱਲਬਾਤ ਆ ਓਏ, ਰੋਨਾਲਡੋ ਨਾਲ ਗੱਲਾਂ ਚੱਲਦੀਆਂ ਇਹਦੀ। ਨੰਬਰ ਭੇਜਾ ਰੋਨਾਲਡੋ ਦਾ, ਹੁਣ ਮੈਂ ਐਗਜ਼ਿਟ ਕਰਕੇ ਦੁਬਾਰਾ ਕਰਾਉਣਾ ਇਹਨੂੰ। ਉਹ ਆ ਸੀਗਾ ਉਹ ਬਾਹਰ ਦਾ ਰਸਤਾ, ਇੱਥੇ ਚੱਕਦੇ ਹਾਂ ਜਵਾਬ, ਅਸੀਂ ਜਵਾਬ ਚੱਕਦੇ ਹਾਂ। ਆਹ ਦੇਖੋ ਇੰਨੀ ਵੱਡੀ ਬਹੁਤ ਆ ਜਵਾਬ, ਇਹ ਸਮਾਨ ਜਿਹਾ ਪਤੀਲੇ ਪਤੂਲੇ ਲੱਦੇ ਹੋਏ ਨੇ ਯਾਰ, ਸਾਰਾ ਕੁਛ ਆਉਣਾ ਇੱਥੋਂ ਭੈਣ ਚ, ਆਵਾਜ਼ ਵਾਲਾ ਪਤਾ ਨਹੀਂ ਕੀ ਚੱਕਰ ਬਣ ਗਿਆ, ਐਂ ਹੁੰਦਾ ਹੁੰਦਾ। ਮੈਨੂੰ ਇਹ ਨਹੀਂ ਪਤਾ ਹੁਣ ਟ੍ਰੇਲਰ ਖੜਾ ਕਿੱਥੇ ਚੱਕਣਾ ਆ। ਪੈਸਿਆਂ ਦਾ ਭਰਿਆ ਟ੍ਰੇਲਰ ਹੈ, ਸਾਲੇ ਰੁਪਏ ਦਾ 2700 ਦੇ ਰਹੇ ਆ। ਹੈਲੋ ਬਣ ਗਈ ਬਣ ਗਈ ਗੱਲ, ਆਹ ਪਿਆ ਐਕਸਪੀ, ਆਹ ਚੱਕ ਖਿੱਟ ਲਿਆ, ਚੱਕ ਐਕਟਿਵ ਰੀਅਲ ਸਨੋ ਤਾਂ ਨਹੀਂ ਕਰਨਾ, ਨਾਲੇ ਤੂੰ ਸਾਡੇ ਨਾਲ ਖੇਡਣਾ। ਹਾਂ ਫਿਰ ਤੁਸੀਂ ਵੀ ਕਰ ਲਓ ਐਕਸਪੀ ਵਾਲਾ ਕਰ ਲਓ ਤੇ ਮਨੀ ਵਾਲਾ। ਮੈਂ ਕੌਨਵੇ ਬਣਾਉਣਾ, ਖੜ ਜਾ ਯਾਰ ਇੱਕ ਮਿੰਟ, ਮੈਂ ਕਰਵਾ ਦਿੰਦਾ ਤੇਰਾ ਐਕਸਪੀ ਵਾਲਾ ਕਰ ਲਿਆ ਬਈ, ਗੱਲਾਂ ਮੈਂ ਐਕਸਪੀ ਵਾਲਾ ਲਾ ਲਾ ਬਸ ਗੱਲਾਂ। ਤੂੰ ਤਾਂ ਬਹੁਤ ਔਖਾ ਯਾਰ, ਯਾਰ ਆਵਾਜ਼ ਕਿਉਂ ਨਹੀਂ ਆਉਂਦੀ ਪਈ ਯਾਰ? ਓ ਯਾਰ ਉਹਦਾ ਬੀਪੀ ਵੱਧ ਗਿਆ ਆਵਾਜ਼ ਦਾ। ਹਾਂ ਉਹ ਹੁਣ ਆ ਕੀ ਕਰਤਾ ਇਹ, ਤੁਸੀਂ ਕੀ ਲੱਸਣ ਕਰਤੇ ਇਹ? ਓਏ ਆ ਜਿਹੜਾ ਨਾਲ ਨਹੀਂ ਆਪਣੇ ਹੈਗਾ, ਮੇਰੇ ਤਾਂ ਗੇਰ ਹੀ 13 ਪੈਂਦੇ ਆ, ਥੋੜੇ 18 ਦੇ ਪਹੁੰਚ ਜਾਂਦਾ ਉਹ ਕਹਿੰਦਾ ਮੈਂ। ਆਪਣਾ ਗੇਅਰ ਵੀ ਪਾਇਆ ਕਰਾਂਗਾ ਨਾਲ, ਆਪਣਾ ਗੇਅਰ ਵੀ ਪਾਇਆ ਕਰਾਂਗੇ ਜੀ, ਜਾਗ ਦੇਂਗੇ ਫਟੇ, ਨਾਪ ਦੇਂਗੇ ਕੀਲੀ ਕੱਲ ਕੋ ਸ਼ਾਮ। ਡਲੇਬਲ ਡਲੇਬਲ ਬਣਾ ਲੈ, ਡਲੇਬਲ ਹਾਲੀ ਹਾਲ ਬਣਾਉਣਾ ਕਰ ਜਾ ਹਾਲੀ ਹਾਲ। ਹੋਏ ਇਹਦੀ ਮੈਂ ਵੀਡੀਓ ਕੱਟ ਕੇ ਪਾੜਿਆ ਤੇਰੇ ਲਾਈਵ ਚ ਗੈਲਰੀ, ਉਹਦੀ ਦੂਜੇ ਦੀ ਸੇ ਮਰਦੀ ਸਾਲੇ ਦੇ ਬੱਕਿਆ ਧੜਾਤੀ ਹੈ ਮੇਰੀ ਜਿਹੜੀ ਇਹ ਬੜਾ ਸੜਿਆ ਤਾ ਯਾਰ। ਚਲੋ ਆ ਬਣ ਗਿਆ ਡਲੇਬਲ ਤੇ ਆ ਅਪਡੇਟ ਕਰ ਲੈ। ਹਾਲੀ ਹਾਲ ਛੋਟਾ ਕਿ ਵੱਡਾ ਡਲੇਬਲ, ਛੋਟਾ ਹੈ ਕਿ ਵੱਡਾ ਆ? ਵੱਡਾ ਡੈਵਲ ਤੋਂ ਵੱਡਾ ਵਾ ਓ ਭੈਣ ਛੜਾ ਯਾਰ, ਬੰਦੇ ਨਾ ਗਲਤ ਜਗ੍ਹਾ ਤੇ ਲੈ ਜਾਂਦੇ, ਮੈਂ ਇਹਨੂੰ ਨਾ ਏਸੀ ਕਰਕੇ ਬੰਦੇ ਪਸੰਦ ਨਹੀਂ ਯਾਰ, ਕਹਿ ਥੋੜਾ ਕੋਈ ਨਹੀਂ ਬਾਕੀ ਠੀਕ ਹੈ। ਉਹ ਸਿਰਾ ਜਿਹੜਾ ਸੀਗਾ ਖਾਲੀ ਗਾਲ ਕੇ ਪਹਿਲਾਂ ਕਹਿੰਦਾ ਆ ਵੀ ਕਹਿੰਦਾ ਸਿਮਰ ਉਹ ਵਾਲੀ ਗਾਲ ਕੱਢ ਵੀਰ ਨੇ, ਉਹ ਗਾਲ ਸੀਗੀ ਕਿ ਦੱਸੀ ਦੁਆਰਾ ਬੋਂਕਾ ਪਤਾ ਨਹੀਂ ਨਾ ਸੀ ਯਾਰ,
ਉਹ ਮੇਰਾ ਹਜੇ ਤੱਕ ਘਰ ਤੋਂ ਨਿਕਲੀ ਜਾਂਦਾ ਸਰ। ਤੂੰ ਲੱਤਾਂ ਖਾਏਗਾ ਤੂੰ ਪਹਿਲਾਂ ਨਾ ਭਾਜਾ ਪੈ ਤੂੰ ਜਵਾਬ ਚੱਕ ਛੇਤੀ। ਮੈਂ ਟਰੱਕ ਲੋਡ ਕਰਾਉਣਾ ਪਹਿਲਾਂ ਤਾਂ ਭੈਣ ਤੂੰ ਜਵਾਬ ਹੀ ਚੱਕ। ਆਹ ਵਧੀਆ ਲੰਡਾ ਹੈ ਟਰੱਕ ਨਜ਼ਾਰਾ, ਉਹ ਐ ਹਵਾ ਹਾਰੇ ਜਾਊਗਾ ਉੜਦਾ ਹੀ। ਹਲੇ ਪੈਸਿਆਂ ਦੇ ਭਰੇ ਬੈਗ ਆ ਭੈਣ ਚੋ। ਇਹ ਆਪਣਾ ਟ੍ਰੇਲਰ ਤਾਂ ਬਈ ਆਪਣੇ ਕੋਲ ਹੀ ਹੈ ਠੀਕ ਹੈ, ਤੇ ਜੌਬ ਦਾ ਪ੍ਰਾਈਸ 2,70,000 ਹੋ ਗਿਆ ਤੇ ਗਿੱਲ ਟ੍ਰੇਲਰ ਬੈਕ ਲਾਉਣਾ ਪਊਗਾ ਜਿਹੜਾ ਵਧਾਉਣੀ ਆ ਤੇਰੀਆਂ ਕੀ ਹੁੰਦੀਆਂ ਨੇ ਠੀਕ ਹੈ। ਮੈਂ ਆਏ ਕਿਹੜੀ ਬੈਕ ਲਾਉਣਾ ਹੁੰਦਾ, ਮੈਂ ਸਟੇਅਰਿੰਗ ਚੇਂਜ ਕਰ ਲਾਂ ਪਹਿਲਾਂ ਯਾਰ। ਐਡਵਾਂਸ ਚ ਕੀ ਕਰਨਾ? ਓਕੇ ਮੋੜ ਐਡਵਾਂਸ ਚ ਦੋ ਸੈਸ਼ਨ ਵਿੱਚ ਮੋੜ ਕਰ ਲਓ ਯਾਰ, ਜੁਆਇਨ ਕਰੂਗਾ ਕਿ ਨਹੀਂ ਯਾਰ ਉਹੀ ਗੱਲਾਂ ਫਿਰ। ਮੈਂ ਤਾਂ ਜੁਆਇਨ ਹੀ ਨਾ ਕਰਾਂ, ਤੂੰ ਸੇਮ ਟੇਕ ਹੈ ਸੇਮ ਜੌਬ ਕਰ ਬਸ। ਮੈਂ ਕਰਤੀ ਯਾਰ ਠੀਕ ਆ ਬਾਈ ਠੀਕ ਆ, ਜ਼ਿਆਦਾ ਕਾਤੇ ਬੋਲੀ ਜਾਂਦਾ ਪੇ ਸੁਣ ਲੈ। ਮੈਂ ਤਾਂ ਸਟੀਅਰਿੰਗ ਬਦਲਣ ਗਿਆ ਯਾਰ, ਸਟੀਅਰਿੰਗ ਨਹੀਂ ਪਸੰਦ ਆਇਆ। ਮੈਂ ਵੀ ਸਟੀਅਰਿੰਗ ਬਦਲਣਾ ਯਾਰ, ਮੈਨੂੰ ਵੀ ਪਸੰਦ ਨਹੀਂ ਆਇਆ। ਬਹੁਤ ਦਿਨ ਹੋ ਗਏ ਇੱਕੋ ਹੀ ਸਟੀਅਰਿੰਗ ਲਾਇਆ ਹਨਾ। ਉਹ ਡੈਵਲ ਦੀ ਸਪੈਲਿੰਗ ਛੋਟੀ ਆ ਬਾਈ? ਨਹੀਂ ਨਹੀਂ ਡੈਵਲ ਵੱਡਾ ਹੀ ਆ, ਛੋਟਾ ਨਹੀਂ ਹੈਗਾ ਇਹਦਾ। ਇਹ ਤਾਂ ਡੈਵਲ ਵੱਡਾ ਹੈ। ਓਕੇ ਕੱਟ ਕਰ ਦੋ ਬਾਈ। ਹੋਇਆ ਤੂੰ ਸਾਡੀ ਗੱਦੀ ਸੋਚ। ਮੈਂ ਤਾਂ ਟਰੱਕ ਦੇ ਪੇਂਟ ਵੀ ਹੋਰ ਕਰਾਉਣਾ ਯਾਰ, ਮੈਂ ਕਈ ਵਾਰ ਨਾ ਮੈਂ ਲਿਵਰੀਆਂ ਚ ਅੱਕ ਜਾਂਦਾ ਮੈਂ। ਲਿਵਰੀਸ ਦਾ ਯਾਰ ਤੇਰਾ ਡੈਵਲ ਹੀ ਨਹੀਂ ਆ ਰਿਹਾ ਬਾਈ ਯਾਰ। ਡੈਵਲ ਛੋਟਾ ਨਹੀਂ ਹੋਗਾ। ਗੱਲ ਕੀ ਗੱਲ ਕਰਦਾ ਯਾਰ ਤੂੰ? ਆ ਨਹੀਂ ਰਿਹਾ ਬਾਈ ਕੀ ਕਰਾਂ। ਉਹ ਐਡਵਾਂਸ ਤੇ ਜਾ ਕੇ ਉੱਥੇ ਆਪਸ਼ਨਾਂ ਆਨ ਕਰ ਦੇ, ਉੱਪਰੋਂ ਛੱਡ ਕੇ ਥੱਲੇ ਆਨ ਕਰ ਦੇ। ਉਤਲੀਆਂ ਯਾਰ ਲਾਈਵ ਕਰਨਾ ਯਾਰ, ਸਾਨੂੰ ਲਾਈਵ ਦਿਖਾ। ਚੱਲੀ ਜਾਂਦੀ ਡਿਸਕਾਊਂਟ ਤੇ ਸਾਨੂੰ ਸੌਣ ਲੱਗੇ, ਇਹਨਾਂ ਨੇ ਐਡਾ ਤੰਗ ਕੀਤਾ ਇਹਨਾਂ ਨੂੰ। ਪਹਿਲੇ ਤਾਂ 2500 ਦੇ ਨੂੰ ਉਹੀ ਗੱਲ ਹੈ। ਹਾਂ ਆ ਦੇਖ ਲਾ ਆਉਣ ਦੇ। ਧਾਲੀ ਵਾਲਾ ਵੀ ਲਾਈਵ ਬੈਠਾ ਹੈ ਤੇਰਾ? ਮੈਂ ਤਾਂ ਹੀ ਦੇਖੀ ਜਾਂਦਾ ਸੀ ਗੱਲ ਬੈਠੀ। ਤੇ ਉਹ ਉੱਪਰ ਜਾ ਹੁਣ ਉੱਥੇ ਟੀਮ ਵਰਕਸ਼ਾਪ ਚ ਇਹ ਚਲਦੀ ਨਹੀਂ ਯਾਰ, ਆ ਜਾਂਦਾ ਹੈ ਜੇ ਚ ਉਹ ਜਿੱਥੇ ਦੋ ਬੰਦੇ ਜਬਣੇ ਉੱਥੇ ਜਾਈ ਥੱਲੇ ਬੜੇ ਦੋ ਬੰਦੇ ਨਾਲ ਹੀ ਨੀਲੇ ਦੇ ਇੱਥੇ ਆਵੇ ਐ ਆ ਰਹਿੰਦਾ ਯਾਰ ਆ ਜਾਂਦਾ ਚ। ਇਹ ਗੁਰਸ਼ਾਨ ਦੇ ਵੀ ਆਉਂਦਾ ਸੀ ਯਾਰ ਯਾਰ ਇਹ ਤੇ ਗੁਰਸ਼ਾਨ ਡੈਫਨ ਆ ਉਹ ਤਾਂ ਗਿਆ ਕਰਨਾ ਚ ਗੁਰਸ਼ਰਨ ਡੈਫਨ ਆ ਉਹ
ਇੱਕ ਮਿੰਟ ਰੁਕ ਫਿਰ ਬਾਈ ਇਹ ਮੈਂ ਉਹਦੇ ਸਿਮਰ ਨੂੰ ਕਿੱਦਾਂ ਕਹੀ ਜਾਂਦਾ ਕਰਾ ਦੇ ਬਹੁਤ ਕਰੋ ਬਹੁਤ ਕਰੋ ਬਹੁਤ ਬਹੁਤ ਕਰੋ ਬਹੁਤ ਕਰੋ ਐਂ ਕਰ ਦਿੰਦਾ ਮੋੜ ਵੀ ਹੈ ਨਹੀਂ ਨਾ ਚੱਕਰ ਇਹ ਆ ਹੁਣ ਮੈਂ ਤੈਨੂੰ ਕਿੱਦਾਂ ਤੈਨੂੰ ਦੱਸ ਭੇਜ ਦਿਆਂ ਖੜ ਜਾ ਦੇਖਦੇ ਆ ਕੀ ਆ ਰੁਕ ਜਾ ਮੋੜ ਵੀ ਐਂ ਕਰ ਡਿਸਕਾਰਡ ਦੱਬੀ ਉਹ ਸੋਰੀ ਖੋਲੀ ਤੇਰੀ ਸਟ੍ਰੀਮ ਸ਼ਿਫਟ ਟੈਬ ਡੀਐਲਸੀ ਨਹੀਂ ਇੱਥੇ ਨਾ ਕੰਟੈਕਟ ਮੈਂ ਲਾਈਵ ਨਹੀਂ ਵਰਕਸ਼ਾਪ ਦਾ ਪਿਆ ਵਰਕਸ਼ਾਪ ਚ ਜਾ ਹੁਣ ਜੇ ਤੇਰੀ ਵਰਕਸ਼ਾਪ ਇੱਥੇ ਵੀ ਨਹੀਂ ਚੱਲਦੀ ਫਿਰ ਤੇਰੀ ਵਰਕਸ਼ਾਪ ਦਾ ਰੌਲਾ ਫਿਰ ਤੂੰ ਨੈਟ ਇੱਕ ਵਾਰੀ ਫੋਨ ਵਾਲਾ ਚਲਾ ਲਾ ਗਿੱਲ ਉਹਦੇ ਨਾਲ ਕਈ ਵਾਰ ਆ ਜਾਂਦੀ ਇਹ ਚੱਲ ਦਿਨਾ ਖੜਿਆ ਲੋਡਿੰਗ ਹੋ ਜਾਂਦੀ ਆ ਨਹੀਂ ਆਉਣੀ ਹੂੰ ਨਹੀਂ ਆਉਣੀ ਹਾਂ ਓਏ ਓਏ ਇੱਕ ਵਾਰੀ ਫੋਨ ਦੇ ਨੈਟ ਤੇ ਆ ਜਾ ਫੋਨ ਦੇ ਨੈਟ ਤੋਂ ਫੋਨ 'ਚ ਨੈਟ ਹੈ ਨਹੀਂ ਪੈਂਦਾ ਵੀਰ ਭਾਬੀ ਦੇ ਫੋਨ 'ਚ ਹੋਊਗਾ ਚੱਲ ਮੈਂ ਤੁਸੀਂ ਖੇਡੋ ਕਰਾ ਮੈਂ ਫਿਰ ਕਰਦਾ ਕੋਈ ਤੁਸੀਂ ਖੇਡੋ ਕੋਈ ਨਾ ਐਡਾ ਕੋਈ ਚੱਕਰ ਨੀ ਖੇਡਾਂਗੇ ਨਾਲ ਹੀ ਹੁਣ ਫਿਰ ਐਡਾ ਨੀ ਸਾਡਾ ਹੈ